ਤਾਂ ਸਾਡੇ ਅਗਲੇ ਗੈਸਟ ਆ ਗਏ ਨੇ ਸਰਬਜੋਤ, ਅੱਗੇ ਵਧਾਂਗੇ ਤੇ ਅਸੀਂ ਨੈਕਸਟ ਸੈਸ਼ਨ ਨਾਲ ਵਧਾਂਗੇ, ਉਸ ਦੀ ਗੱਲ ਕਰਾਂਗੇ ਜਿਸ ਦਾ ਨਾਮ ਹੈ ਹੈਲਥ ਇਜ਼ ਵੈਲਥ। ਨਵਿੰਦਰ, ਕਿਹਾ ਜਾਂਦਾ ਹੈ ਕਿ ਅਗਰ ਸੂਬੇ ਦੀ ਜੋ ਆਵਾਮ ਹੈ ਉਹ ਸਿਹਤਮੰਦ ਹੈ ਤਾਂ ਹੀ ਜੋ ਸੂਬਾ ਹੈ ਉਹ ਤਰੱਕੀ ਕਰ ਸਕਦਾ ਹੈ। ਤੇ ਇਸ ਸੈਸ਼ਨ ਨੂੰ ਮੋਡਰੇਟ ਕਰਨ ਲਈ ਮੈਂ ਆਪਣੇ ਸਹਿਯੋਗੀ ਵਿਜੇਪਾਲ ਬਰਾੜ ਤੇ ਉਮੇਸ਼ ਸ਼ਰਮਾ ਨੂੰ ਸਟੇਜ ਤੇ ਬੁਲਾਉਣਾ ਚਾਹੂੰਗੀ। ਜੀ ਬਿਲਕੁਲ, ਤਾਂ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਲੋਕ ਜਦੋਂ ਸਰਕਾਰ ਚੁਣਦੇ ਆ ਕਿਸ ਨੂੰ ਵੀ ਆਪਣਾ ਨੁਮਾਇੰਦਾ ਬਣਾ ਕੇ ਭੇਜਦੇ ਆ ਤਾਂ ਉਹਦੇ ਤੇ ਜ਼ਿੰਮੇਵਾਰੀ ਸਾਰੀ ਪਾ ਦਿੰਦੇ, ਔਰ ਮੁੱਖ ਤੌਰ ਤੇ ਸਿਹਤ ਔਰ ਸਿੱਖਿਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਿਹਤ ਦੀ ਜ਼ਿੰਮੇਵਾਰੀ ਡਾਕਟਰ ਬਲਵੀਰ ਸਿੰਘ ਹੋਰਾਂ ਤੇ ਪਈ ਹੈ, ਔਰ ਕਿਵੇਂ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣਾ ਉਹ ਜ਼ਿੰਮੇਵਾਰੀ ਡਾਕਟਰ ਬਲਵੀਰ ਹੋਰਾਂ ਤੇ ਹੈ, ਪੰਜਾਬ ਦੇ ਸਿਹਤ ਮੰਤਰੀ। ਤਾਂ ਮੈਂ ਸੱਦਾ ਦੇਵਾਂਗਾ ਡਾਕਟਰ ਬਲਵੀਰ ਜੀ ਨੂੰ, ਜਿਹੜੇ ਸਿਹਤ ਮੰਤਰੀ ਨੇ ਪੰਜਾਬ ਦੇ, ਤਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣਾ ਤੇ ਖੁਸ਼ਹਾਲ ਪੰਜਾਬ ਆ ਜਿਹੜਾ ਉਹ ਇਹਨਾਂ ਨੇ ਬਣਾਉਣਾ ਕਿ ਕਿਵੇਂ ਲੋਕ ਤੰਦਰੁਸਤ ਰਹਿਣ, ਸਾਡਾ ਪੰਜਾਬ ਹੱਸਦਾ ਖੇਡਦਾ ਤੰਦਰੁਸਤ ਪੰਜਾਬ ਕਿਵੇਂ ਬਣਾਉਣਾ, ਕਿਉਂਕਿ ਕਈ ਤਰ੍ਹਾਂ ਦੇ ਫੇਸ ਜਿਹੜੇ ਨੇ ਪੰਜਾਬ ਨੇ ਦੇਖੇ ਨੇ ਦੁਨੀਆਂ ਭਰ ਦੇ ਵਿੱਚ। ਜਦੋਂ ਕੋਵਿਡ ਆਇਆ ਉਦੋਂ ਵੀ ਪੰਜਾਬ ਦੇ ਵਿੱਚ ਉਹ ਦੌਰ ਲੰਘਿਆ, ਔਰ ਕੋਵਿਡ ਤਾਂ ਬੇਸ਼ੱਕ ਚਲਾ ਗਿਆ ਪਰ ਅਨੇਕਾਂ ਮੁਸ਼ਕਲਾਂ ਜਿਹੜੀਆਂ ਉਹ ਪਿੱਛੇ ਛੱਡ ਗਿਆ, ਤਾਂ ਉਹਨਾਂ ਸਮੱਸਿਆਵਾਂ ਦੇ ਨਾਲ ਵੀ ਨਜਿੱਠਣਾ ਜਿਹੜਾ ਹੈਲਥ ਸਿਸਟਮ ਥੋੜਾ ਬਹੁਤਾ ਕਿਤੇ ਨਾ ਕਿਤੇ ਗੜਬੜਾਇਆ ਹੋਇਆ ਉਹਨੂੰ ਵੀ ਠੀਕ ਕਰਨਾ, ਇਹ ਜ਼ਿੰਮੇਵਾਰੀ ਡਾਕਟਰ ਬਲਵੀਰ ਹੋਰਾਂ ਤੇ ਹੈ। ਤੇ ਲੋਕਾਂ ਦੇ ਸਵਾਲ ਡਾਕਟਰ ਬਲਵੀਰ ਸਿੰਘ ਹੋਰਾਂ ਨੂੰ ਸਾਡੇ ਸਾਥੀ ਵਿਜੇਪਾਲ ਬਰਾੜ ਤੇ ਉਮੇਸ਼ ਹੋਣੀ ਕਰਨਗੇ। ਜੀ ਓਵਰ ਟੂ ਯੂ ਵਿਜੇ ਐਂਡ ਉਮੇਸ਼। ਸ਼ੁਕਰੀਆ ਨਵਿੰਦਰ, ਧੰਨਵਾਦ। ਤਾਂ ਅਸੀਂ ਪੰਜਾਬ ਦੀ ਸਿਹਤ ਬਾਰੇ ਗੱਲ ਕਰ ਰਹੇ ਸੀ ਖਜ਼ਾਨਾ ਮੰਤਰੀ ਦੇ ਨਾਲ ਕਿ ਐਕਚੁਅਲ ਦੇ ਵਿੱਚ ਸਿਹਤ ਸ਼ੁਰੂ ਉੱਥੋਂ ਹੀ ਹੁੰਦੀ ਹੈ ਪਰ ਹੌਲੀ ਹੌਲੀ ਬਾਕੀ ਡਿਪਾਰਟਮੈਂਟਸ ਤੇ ਜਾਂਦੀ ਹੈ। ਸੋ ਜਿਵੇਂ ਨਵਿੰਦਰ ਨੇ ਜ਼ਿਕਰ ਕੀਤਾ ਕਿ ਇਸ ਵੇਲੇ ਸੂਬੇ ਦੇ ਲੋਕਾਂ ਦੀ ਸਿਹਤ ਬੜੀ ਮਹੱਤਵਪੂਰਨ ਹੈ ਔਰ ਉਸ ਦੇ ਲਈ ਸਹੂਲਤਾਂ ਸਰਕਾਰ ਨੇ ਦੇਣੀਆਂ ਹੁੰਦੀਆਂ, ਸੁਵਿਧਾਵਾਂ ਸਰਕਾਰ ਨੇ ਦੇਣੀਆਂ ਹੁੰਦੀਆਂ ਔਰ ਉਸ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਕਿਹੜੇ ਕਦਮ ਚੱਕੇ ਗਏ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਉਸ ਦੇ ਵਿੱਚ ਸੁਧਾਰ ਕੀਤਾ ਜਾਣਾ ਹੈ। ਸਾਡੇ ਨਾਲ ਡਾਕਟਰ ਬਲਬੀਰ ਸਿੰਘ ਨੇ, ਸਿਹਤ ਮੰਤਰੀ ਪੰਜਾਬ, ਬਹੁਤ ਬਹੁਤ ਸਵਾਗਤ ਹੈ ਸਰ, ਸਮਾਂ ਕੱਢਿਆ ਤੁਸੀਂ ਆਏ, ਬਹੁਤ ਧੰਨਵਾਦ ਜੀ। ਸ਼ੁਰੂਆਤ ਮੈਂ ਇੱਥੋਂ ਹੀ ਕਰੂੰਗਾ ਜੀ, ਜਿਵੇਂ ਅਸੀਂ ਖਜ਼ਾਨੇ ਦਾ ਜ਼ਿਕਰ ਕਰ ਰਹੇ ਸੀ ਡਾਕਟਰ ਸਾਹਿਬ, ਔਰ ਸਿਹਤ ਦੇਖੋ ਪਹਿਲਾਂ ਤੇ ਸੂਬੇ ਦੀ ਸਿਹਤ ਬੜੀ ਜ਼ਰੂਰੀ ਹੈ, ਜੇ ਖਜ਼ਾਨਾ ਭਰਿਆ ਹੋਏਗਾ ਤਾਂ ਹੀ ਤੁਸੀਂ ਅੱਗੇ ਉਹਨਾਂ ਚੀਜ਼ਾਂ ਨੂੰ ਵਧਾ ਪਾਓਗੇ। ਜੇ 2 ਸਾਲ ਦਾ ਮੈਂ ਜ਼ਿਕਰ ਕਰਾਂ, 2 ਸਾਲ ਦਾ ਟੈਨਿਓਰ ਹੋ ਗਿਆ ਔਰ ਇਹਨਾਂ 2 ਸਾਲਾਂ ਦੇ ਵਿੱਚ ਐਕਚੁਅਲ ਦੇ ਵਿੱਚ ਜਿਹੜੀ ਸਿਹਤ ਹੈ, ਹੈਲਥ ਸਿਸਟਮ ਹੈ ਜਿਹੜਾ, ਮੈਡੀਕਲ ਲਾਈਨ ਹੈ ਜਿਹੜੀ, ਉਹਨੂੰ ਲੈ ਕੇ ਤੁਸੀਂ ਕੀ ਮੰਨਦੇ ਹੋ ਕਿ ਅਸੀਂ ਇਹ ਚੀਜ਼ ਸੀ ਜਿਹੜੀ ਆਉਂਦੇ ਹੀ ਜਿਹੜੀ ਤੁਸੀਂ ਦੇਖੀ ਕਿ ਸਭ ਤੋਂ ਜ਼ਿਆਦਾ ਬੁਰੀ ਹਾਲਤ ਸੀ ਔਰ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਸੀ, ਉਸ ਦੇ ਵਿੱਚ ਕਿੰਨੀ ਪਹਿਲਕਦਮੀ ਕਰ ਪਾਏ ਹੋ? ਬਹੁਤ ਅਹਿਮ ਸਵਾਲ ਹੈ ਜੀ। ਜੀ, ਕਿਸੇ ਵੀ ਬੰਦੇ ਵਾਸਤੇ ਉਹਦੀ ਸਿਹਤ ਤੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ। ਐਗਜ਼ੈਕਟ, ਤੁਹਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਹੋਣ, ਜੀ, ਕੋਠੀਆਂ ਹੋਣ, ਜੇ ਤੁਹਾਡੀ ਸਿਹਤ ਠੀਕ ਨਹੀਂ ਤਾਂ ਕੁਛ ਵੀ ਚੰਗਾ ਨਹੀਂ ਲੱਗਦਾ। ਸਹੀ ਗੱਲ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਪ੍ਰਾਇਮਰੀ ਹੈਲਥ ਕੇਅਰ ਕਹਿੰਦੇ ਹਾਂ ਅਸੀਂ ਉਹਨੂੰ, ਜਿਹਦੇ ਨਾਲ 95% ਲੋਕਾਂ ਦਾ ਵਾਹ ਪੈਂਦਾ ਵੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਛੋਟਾ ਜਿਹਾ ਇੱਕ ਹਸਪਤਾਲ ਹੋਵੇ, ਡਿਸਪੈਂਸਰੀ ਹੋਵੇ ਜਿੱਥੇ ਉਹਨਾਂ ਦੇ ਟੈਸਟ ਹੋ ਜਾਣ ਔਰ ਦਵਾਈ ਮਿਲ ਜੇ। ਔਰ ਇਟ ਵਾਜ਼ ਇਨ ਸ਼ੈਂਬਲਸ। ਇਹ ਵੈਸੇ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਹੈ ਇਹ ਪੂਰੇ ਦੇਸ਼ ਦੇ ਵਿੱਚ ਨੈਗਲੈਕਟਡ ਸੀ, ਅਤੇ ਇੱਕ ਨਵਾਂ ਮਾਡਲ ਦਿੱਲੀ ਵਿੱਚ ਜਿਹਨੂੰ ਕਿ ਮਾਨ ਸਾਹਿਬ ਨੇ ਬਹੁਤ ਰੈਪਿਡ ਪੇਸ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਉਹਨੂੰ ਰੈਪਲੀਕੇਟ ਕੀਤਾ ਔਰ ਉਹਦੇ 'ਚ ਇੰਪਰੂਵਮੈਂਟਸ ਕੀਤੀਆਂ। ਔਰ ਆਲਰੇਡੀ ਸਾਡੇ ਕੋਲ ਜਿਹੜੇ 664 ਆਮ ਆਦਮੀ ਕਲੀਨਿਕ ਹੈ ਜੀ, ਉਹਨਾਂ ਦੇ ਵਿੱਚੋਂ 400 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਹੈ। ਪਿੰਡਾਂ ਦੇ ਵਿੱਚ ਡਿਸਪੈਰਿਟੀ ਬਹੁਤ ਜ਼ਿਆਦਾ, ਜਿੰਨੀਆਂ ਸਿਹਤ ਸਹੂਲਤਾਂ ਹੈਗੀਆਂ ਸ਼ਹਿਰਾਂ 'ਚ ਹੈਗੀਆਂ ਪਿੰਡਾਂ 'ਚ ਨਹੀਂ ਸੀ। ਸੋ ਉਹਨਾਂ ਨੇ ਮੈਜੋਰਿਟੀ ਜਿਹੜੇ ਹੈਲਥ ਕਲੀਨਿਕ ਹੈ ਸਾਡੇ ਜਿਹੜੇ 424 ਦੇ ਕਰੀਬ ਉਹ ਪਿੰਡਾਂ ਦੇ ਵਿੱਚ ਹੈ, ਅਤੇ ਜਿਹੜੇ ਤੁਹਾਡੇ 250 ਦੇ ਕਰੀਬ ਜਿਹੜੇ ਹੈਗੇ ਆ ਉਹ ਸ਼ਹਿਰਾਂ ਦੇ ਵਿੱਚ ਹੈ।
ਉਹਦੇ ਨਾਲ ਪੂਰਾ ਡਿਜੀਟਾਈਜ਼ ਮਾਡਲ ਆ ਉਹ, ਉਹਦੇ 'ਚ ਸਾਰਾ ਔਨ, ਜਿਵੇਂ ਉਹਦੇ 'ਚ ਜਿਹੜਾ ਲੈਪਟੋਪ ਹੈ ਰਜਿਸਟ੍ਰੇਸ਼ਨ ਤੋਂ ਲੈ ਕੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਟੈਸਟ ਹੋਣੇ ਆ ਉਹ ਵੀ, ਜਿਹੜੇ ਡਾਕਟਰ ਦੀ ਕੰਸਲਟੇਸ਼ਨ ਹੋਣੀ ਉਹ ਵੀ, ਔਰ ਜੇ ਦਵਾਈ ਮਿਲਦੀ ਹੈ ਸਾਰੇ ਦਾ ਔਨਲਾਈਨ ਜਿਹੜਾ ਉਹਦਾ ਰਿਕਾਰਡ ਹੈ। ਔਰ ਇਹ ਪਿੱਛੇ ਜਿਹੇ ਨੈਰੋਬੀ ਦੇ ਵਿੱਚ, ਕੀਨੀਆ ਦੇ ਵਿੱਚ ਇੱਕ ਪੂਰੇ 85 ਕੰਟਰੀਜ਼ ਦੇ ਲੋਕ ਆਏ ਸੀ। ਜਿਹੜਾ ਇਹ ਪੰਜਾਬ ਦਾ ਮਾਡਲ ਸੀਗਾ ਲਾਸਟ ਮਾਈਲ ਡਿਲੀਵਰੀ ਆਫ ਡਰੱਗਸ, ਦਿਸ ਵਾਜ਼ ਡਿਕਲੇਅਰਡ ਦਾ ਬੈਸਟ ਮਾਡਲ, ਅਤੇ 40 ਕੰਟਰੀਜ਼ ਨੇ ਕਿਹਾ ਸੀ ਆ ਕੇ ਦੇਖਣਾ ਚਾਹੁੰਦੇ ਹਾਂ। ਇਹ ਇੱਕ ਰੈਵੋਲਿਊਸ਼ਨਰੀ ਸਟੈਪ ਸੀਗਾ ਜਿਹੜਾ ਪ੍ਰਾਇਮਰੀ ਹੈਲਥ ਕੇਅਰ ਦੇ ਵਿੱਚ ਸੀਗਾ। ਠੀਕ ਹੈ। ਇਸੇ ਤਰ੍ਹਾਂ ਕਿਸੇ ਨੇ ਅੱਜ ਤੱਕ ਸੋਚਿਆ ਨਹੀਂ ਸੀਗਾ ਕਿ ਆਪਾਂ ਕਹਿ ਤਾਂ ਦਿੰਦੇ ਹਾਂ ਇਲਾਜ ਨਾਲੋਂ ਪਰਹੇਜ਼ ਚੰਗਾ, ਪ੍ਰੀਵੈਂਸ਼ਨ ਆਫ ਡਿਜ਼ੀਜ਼। ਉਹਦੇ ਵਾਸਤੇ ਅੱਜ ਸਾਡੇ 3400 ਤੋਂ ਵੱਧ ਜਿਹੜੇ ਯੋਗਾ ਦੀਆਂ ਕਲਾਸਾਂ ਸਵੇਰੇ ਲੱਗਦੀਆਂ ਸਾਡੀਆਂ, ਜੇਲ੍ਹਾਂ 'ਚ ਲੱਗਦੀਆਂ, ਪਿੰਡਾਂ 'ਚ ਲੱਗਦੀਆਂ, ਮੁਹੱਲਿਆਂ 'ਚ ਲੱਗਦੀਆਂ, ਸ਼ਹਿਰਾਂ, ਅਜੇ ਜ਼ਿਆਦਾ ਸ਼ਹਿਰਾਂ ਦੇ ਵਿੱਚ ਹੈ, ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਿੱਥੇ ਵੀ ਪਾਰਕ ਹੈ ਉੱਥੇ ਲੋਕ ਸਵੇਰੇ ਸਵੇਰੇ ਯੋਗਾ ਕਰਦੇ ਆ। ਠੀਕ ਹੈ। ਅਤੇ ਜੇ ਲੋਕ ਯੋਗਾ ਕਰਨਗੇ ਪਲੱਸ ਨਾਲ ਨਿਊਟ੍ਰੀਸ਼ਨਲ ਗਾਈਡੈਂਸ, ਵੀ ਉਹਨਾਂ ਨੇ ਖੁਰਾਕ ਜਿਹੜੀ ਸਹੀ ਖੁਰਾਕ ਹੈ ਉਹਦੇ 'ਚ ਜਿਸ ਤਰ੍ਹਾਂ ਕੋਈ ਫਾਈਬਰ, ਫਰੂਟਸ ਜਾਂ ਵੈਜੀਟੇਬਲਸ ਵੀ ਹੋਣੇ ਚਾਹੀਦੇ ਆ, ਪਲਸਸ ਹੋਣੀਆਂ ਚਾਹੀਦੀਆਂ, ਜਿਹੜੇ ਨੌਨ ਵੈਜ ਜਾਂ ਨੌਨ ਵੈਜ ਲੈ ਸਕਦੇ ਆ, ਨਿਊਟ੍ਰੀਸ਼ਨਲ ਗਾਈਡੈਂਸ ਪਲੱਸ ਯੋਗਾ ਪਲੱਸ ਜਿਹੜੇ ਤੁਹਾਡੇ ਆਮ ਆਦਮੀ ਕਲੀਨਿਕ ਹੈ, ਦਿਸ ਹੈਜ਼ ਰੈਵੋਲਿਊਸ਼ਨਾਈਜ਼। ਹੁਣ ਤੱਕ 86 ਲੱਖ ਲੋਕ ਇਹਦਾ ਫਾਇਦਾ ਲੈ ਚੁੱਕੇ ਆ। ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਡਾਕਟਰ ਸਾਹਿਬ ਇਹ ਤਾਂ ਆਪਣਾ ਠੀਕ ਚੱਲ ਰਿਹਾ ਹੈਗਾ, ਹੁਣ ਦੱਸੋ ਵੀ ਜੇ ਕਿਸੇ ਦਾ ਆਪਰੇਸ਼ਨ ਹੋਣਾ ਉਹ ਕਿੱਥੇ ਜਾਊਗਾ। ਹੁਣ ਜਿਹੜਾ ਸਾਡਾ ਜਿਹੜਾ ਉਹਨਾਂ ਨੇ ਇੱਕ ਸਿਹਤ ਕ੍ਰਾਂਤੀ ਸ਼ੁਰੂ ਕੀਤੀ ਆ ਸਾਡੇ ਦੋਨੇ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨੇ ਪਟਿਆਲੇ ਤੋਂ, ਉਹਦੇ ਵਿੱਚ 550 ਕਰੋੜ ਦੇ ਨਾਲ ਜਿਹੜੇ ਸੈਕੰਡਰੀ ਕੇਅਰ ਹੋਸਪਿਟਲ ਆ, ਜਿਹਦੇ 'ਚ ਡਿਸਟ੍ਰਿਕਟ ਹੋਸਪਿਟਲ, ਸਬ ਡਿਵੀਜ਼ਨ ਹੋਸਪਿਟਲ, 23 ਡਿਸਟ੍ਰਿਕਟ ਹੋਸਪਿਟਲ, 41 ਸਬ ਡਿਵੀਜ਼ਨ ਹੋਸਪਿਟਲ ਅਤੇ 164 ਜਿਹੜੇ ਕਮਿਊਨਿਟੀ ਹੈਲਥ ਸੈਂਟਰਸ ਆ, ਉਹਨਾਂ ਦੇ ਵਿੱਚ ਐਕਸਰੇ ਦੀ ਸਹੂਲਤ, ਅਲਟਰਾਸਾਊਂਡ ਦੀ ਸਹੂਲਤ ਔਰ ਸਾਰੀਆਂ ਦਵਾਈਆਂ ਉੱਥੇ ਜਿਹੜੀਆਂ ਹੈਗੀਆਂ 200-250 ਦੇ ਕਰੀਬ ਜਿਹੜੀਆਂ ਦਵਾਈਆਂ ਹੈਗੀਆਂ, ਤਾਂ ਕਿ ਪੇਸ਼ੈਂਟ ਨੂੰ ਦਵਾਈ ਲਿਖ ਕੇ ਬਾਹਰ ਨਹੀਂ ਭੇਜਣਾ। ਸੋ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜੋ ਦਿਸ਼ਾ ਨਿਰਦੇਸ਼ ਦਿੱਤੇ ਉਹਦੇ 'ਤੇ ਕੰਮ ਚੱਲ ਰਿਹਾ ਸਾਡਾ। ਇਸੇ ਤਰ੍ਹਾਂ ਟਰਸ਼ਰੀ ਕੇਅਰ, ਕਿਸੇ ਨੂੰ MRI CT ਸਕੈਨ ਚਾਹੀਦਾ, ਬ੍ਰੇਨ ਸਰਜਰੀ ਹੋਣੀ ਆ, ਹਾਰਟ ਦੀ ਕੋਈ ਪ੍ਰੋਬਲਮ ਹੈ ਉਹਦਾ ਇਲਾਜ ਹੋਣਾ, ਲੋਕ ਪ੍ਰਾਈਵੇਟ ਇਲਾਜ ਮਹਿੰਗਾ ਬਹੁਤ ਹੈ, ਜਦੋਂ ਕਿਸੇ ਨੂੰ ਕੋਈ ਲਕਵਾ ਹੋ ਜਾਵੇ, ਕੈਂਸਰ ਹੋ ਜਾਵੇ, ਉਹਦੇ ਮਤਲਬ ਕੜੀਆਂ ਤੱਕ ਵਿਕ ਜਾਂਦੀਆਂ। ਔਰ ਇੱਕ ਸਟੱਡੀ ਸੀ ਏਮਸ ਦੀ ਕਿ ਆਊਟ ਆਫ ਪਾਕਟ ਐਕਸਪੈਂਸਿਸ ਕਰਕੇ ਜਿਹੜੇ ਕਿ ਲੋਕਾਂ ਨੂੰ ਆਪਣੇ ਕੋਲੋਂ ਅਚਾਨਕ ਬਿਮਾਰੀ ਦੇ ਪੈਸੇ ਖਰਚਣੇ ਪੈ ਗਏ, ਲੋਕ ਨਾ ਗਰੀਬੀ ਰੇਖਾ ਤੋਂ ਨੀਚੇ ਚਲੇ ਜਾਂਦੇ ਆ, ਦੇ ਸਲਿਪ ਬਿਲੋ ਦਾ ਪਾਵਰਟੀ ਲਾਈਨ। ਉਹਦੇ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਟਰਸ਼ਰੀ ਕੇਅਰ ਹੋਸਪਿਟਲ ਆ ਉਹਨੂੰ ਅਸੀਂ ਅਪਗ੍ਰੇਡ ਕਰਕੇ, ਸਾਡੇ ਨਿਊਰੋ ਸਰਜਰੀ ਹੁਣ ਸਾਰਿਆਂ 'ਚ ਹੋ ਰਹੀ ਹੈ 3 ਮੈਡੀਕਲ ਕਾਲਜਿਸ ਦੇ ਵਿੱਚ, ਕਾਰਡੀਅਕ ਕੈਥ ਲੈਬ ਕਹਿੰਦੇ ਆ ਉਹਨੂੰ ਜਿਹੜੇ ਹਾਰਟ ਦੇ ਮਰੀਜ਼ਾਂ ਵਾਸਤੇ ਆ, ਉਹ ਸਾਡੀ ਚੱਲਦੀ ਪਈ ਹੈ। ਔਰ ਅਸੀਂ ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਹੁਣ ਜਿਹੜੇ ਹੈਗੇ ਆ ਉਹ ICU ਬੈਡਸ, ਜਿੱਥੇ ਵੈਂਟੀਲੇਟਰ, ਸਾਰੇ ਕਾਰਡੀਅਕ ਮੋਨੀਟਰ, ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ, ਤਾਂ ਕਿ ਜੇ ਕਿਸੇ ਨੂੰ ਕਿਸੇ ਵਜ੍ਹਾ ਦੇ ਨਾਲ ਲੰਬਾ ਸਮਾਂ ICU 'ਚ ਰਹਿਣਾ ਪਵੇ ਤਾਂ ਉਹ ਕਰਜਾਈ ਹੋ ਕੇ ਨਾ ਨਿਕਲਣ, ਉਹਨਾਂ ਦਾ ਫ੍ਰੀ ਇਲਾਜ ਜਿਹੜਾ ਕਿ ਸਾਡੇ ਮਾਨਯੋਗ ਮਾਨ ਗੌਰਮੈਂਟ ਆ ਜਿਹੜੀ ਉਹ ਮੈਨੇਜਡ ਐਂਡ ਫੰਡਡ ਬਾਈ ਦਾ ਗੌਰਮੈਂਟ, ਇਹ ਇੱਕ ਬਹੁਤ ਵਧੀਆ ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਟਰਸ਼ਰੀ ਕੇਅਰ, ਪ੍ਰੀਵੈਂਸ਼ਨ ਆਫ ਡਿਜ਼ੀਜ਼। ਇਹਦੇ ਨਾਲ ਅੱਗੇ ਆਏਗਾ ਰੀਹੈਬਿਲੀਟੇਸ਼ਨ ਸਰਵਿਸਿਸ, ਇਹਦੇ ਨਾਲ ਆਏਗਾ ਜਿਵੇਂ ਕੋਈ ਪੇਸ਼ੈਂਟ, ਕਿਸੇ ਨੂੰ ਕੈਂਸਰ ਹੋ ਗਿਆ, ਪੈਰਾਲਿਸਿਸ ਹੋ ਗਿਆ, ਉਹਦੀ ਇਹੋ ਜਿਹੀ ਬਿਮਾਰੀ ਹੈ ਜਿਹੜੀ ਇਨਕਿਊਰੇਬਲ ਹੈ, ਸੋ ਉਹਦੇ ਵਾਸਤੇ ਜਿਹੜੀ ਸਪੈਸ਼ਲਾਈਜ਼ ਜਿਹੜੀ ਕੇਅਰ ਹੈ ਜਿਹਨੂੰ ਅਸੀਂ ਪੈਲੀਏਟਿਵ ਕੇਅਰ ਕਹਿੰਦੇ ਹਾਂ, ਉਹਦੇ 'ਚ ਪੇਨ ਮੈਨੇਜਮੈਂਟ ਕਰਨੀ ਹੈ, ਜਾਂ ਉਹਦੇ ਘਰ ਦੇ ਵਿੱਚ ਉਹ ਪੈਰਾਲਾਈਜ਼ ਪੇਸ਼ੈਂਟ ਦੀ ਕੈਥੇਟਰ ਕੇਅਰ ਕਿੱਦਾਂ ਕਰਨੀ ਹੈ, ਉਹਦੇ ਫੈਮਿਲੀਜ਼ ਨੂੰ ਵੀ ਅਸੀਂ ਟ੍ਰੇਨਿੰਗ ਦੇਵਾਂਗੇ, ਉਹਦੇ 'ਚ ਟਿਊਬ ਪਈ ਹੋਈ ਹੈ, ਸਾਹ ਵਾਲੀ ਟਿਊਬ ਪਈ ਹੋਈ ਹੈ, ਪਿਸ਼ਾਬ ਵਾਲੀ ਟਿਊਬ ਪਈ ਹੋਈ ਹੈ, ਉਹਨਾਂ ਦੀ ਕੇਅਰ ਕਿਸ ਤਰ੍ਹਾਂ ਕਰਨੀ ਹੈ, ਬੈੱਡ ਰੈਡਰ ਪੇਸ਼ੈਂਟ ਦੀ, ਇਹ ਜਿਹੜੀ ਪੈਲੀਏਟਿਵ ਕੇਅਰ ਦਾ ਕੋਨਸੈਪਟ ਲੈ ਕੇ ਆ ਰਹੇ ਹਾਂ, ਫੈਮਿਲੀ ਮੈਡੀਸਨ ਦਾ, ਕ੍ਰਿਟੀਕਲ ਕੇਅਰ ਦਾ ਕੋਨਸੈਪਟ ਲੈ ਕੇ ਆ ਰਹੇ ਹਾਂ, ਕਿ ਜਿਹੜੇ ਸਾਰੇ ਡਾਕਟਰਸ ਹੈ, ਪੈਰਾਮੈਡਿਕਸ ਹੈ, ਉਹ ਦੇ ਵਿਲ ਬੀ ਟ੍ਰੇਨਡ ਇਨ ਕ੍ਰਿਟੀਕਲ ਕੇਅਰ। ਤੁਹਾਨੂੰ ਯਾਦ ਹੋਏਗਾ ਜਦੋਂ ਕੋਵਿਡ ਆਇਆ ਸਾਡੇ ਕੋਲ ਸਪੈਸ਼ਲਿਸਟ ਨਹੀਂ ਸੀਗੇ, ਵੈਂਟੀਲੇਟਰ ਤਾਂ ਸੀਗੇ
ਵੈਂਟੀਲੇਟਰ ਨੂੰ ਚਲਾਉਣ ਵਾਲੇ ਡਾਕਟਰ ਨਹੀਂ ਸੀਗੇ, ਹੁਣ ਅਸੀਂ ਸਾਰੇ ਡਾਕਟਰਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਉਹਦੀ। ਸੋ ਇਸ ਤਰ੍ਹਾਂ ਦੇ ਰੈਵੋਲਿਊਸ਼ਨਰੀ ਜਿਹੜੇ ਸਾਡੀਆਂ ਚੇਂਜਸ ਹੈ ਉਹ ਅਸੀਂ ਮੈਡੀਕਲ ਐਜੂਕੇਸ਼ਨ 'ਚ ਵੀ ਲੈ ਕੇ ਆ। ਡਾਕਟਰ ਸਾਹਿਬ, 1979 'ਚ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ MBBS ਕੀਤੀ, ਫਿਰ ਇੰਟਰਨਸ਼ਿਪ ਕੀਤੀ, 45 ਸਾਲ ਹੋ ਗਏ ਜੀ ਬੀਂਗ ਡਾਕਟਰ। ਉਹ ਦੌਰ ਵੀ ਦੇਖਿਆ ਤੁਸੀਂ, ਪਾਪੂਲੇਸ਼ਨ ਵਧੀ, ਹਸਪਤਾਲ ਫੈਸਿਲਿਟੀਜ਼, ਅਸੀਂ ਕੋਰੋਨਾ ਵੀ ਦੇਖ ਲਿਆ। ਮੈਂ ਜਾਣਨਾ ਚਾਹਾਂਗਾ ਕਿ ਇੱਕ ਡਾਕਟਰ ਹੋਣ ਦੇ ਨਾਤੇ ਸਿਹਤ ਮਹਿਕਮਾ ਦਾ ਡਾਕਟਰ ਤੋਂ ਵਧੀਆ ਕੋਈ ਜਾਣ ਹੀ ਨਹੀਂ ਸਕਦਾ। ਡਾਕਟਰ ਨੂੰ ਮਰੀਜ਼ ਦੀ ਨਬਜ਼ ਪਤਾ ਹੁੰਦੀ ਹੈ, ਤੁਸੀਂ ਸਾਰੀ ਇਹ ਚੀਜ਼ਾਂ ਗਿਣਵਾਈਆਂ, ਨੋ ਡਾਊਟ ਚੈਲੇਂਜਸ ਹੈਗੇ ਨੇ। ਮੈਂ ਇਹ ਐਜ਼ ਅ ਜਾਣਨਾ ਚਾਹੁੰਦਾ ਕਿ ਹੁਣ ਤੁਸੀਂ ਕਿਵੇਂ ਕਿੱਥੇ ਦੇਖਦੇ ਹੋ ਆਪਣੇ ਡਿਪਾਰਟਮੈਂਟ ਨੂੰ, ਸਿਹਤ ਮਹਿਕਮਾ ਕਿਵੇਂ ਦੇਖਦੇ ਹੋ? ਜੇ ਮੈਂ ਗੱਲ ਕਰਾਂ EDL ਦੀ, ਐਮਰਜੈਂਸੀ ਡਰੱਗ ਲਿਸਟ ਦੀ, ਹਸਪਤਾਲ 'ਚ ਮੈਂ 6 ਫੇਸ ਐਗਜ਼ਾਮਪਲ ਦੇਵਾਂ, ਕਿਸੇ ਵੀ ਹਸਪਤਾਲ ਤੁਸੀਂ ਜਾਓ ਤੇ ਉਹ ਟਾਈਮ ਟੂ ਟਾਈਮ ਉਹ ਫੈਸਿਲਿਟੀ ਪ੍ਰੋਵਾਈਡ ਕਰਵਾਉਣ 'ਚ ਤੁਸੀਂ ਸਫਲ ਹੋਏ ਹੋ, ਜਾਂ ਉਹ ਗ੍ਰੇ ਏਰੀਆਸ ਕਿਹੜੇ ਨੇ ਜਿੱਥੇ ਤੁਸੀਂ ਬੈਠ ਕੇ ਸੋਚ ਲਓ ਕਿ ਨਹੀਂ ਯਾਰ ਮੈਂ ਡਾਕਟਰ ਹਾਂ, ਹਲੇ ਇਹ 'ਚ ਕੰਮ ਹੋਰ ਅਸੀਂ ਵਧਾਈਏ? ਦੇਖੋ, ਜਦੋਂ ਮੈਂ ਮੈਡੀਕਲ ਸਟੂਡੈਂਟ ਸੀਗਾ, ਮੈਨੂੰ ਯਾਦ ਹੈ ਕਿ ਸਾਡੇ ਜਿਵੇਂ ਪਟਿਆਲਾ ਮੈਡੀਕਲ ਕਾਲਜ ਸੀ, ਇਹਦੇ ਵਿੱਚ ਹਰਿਆਣੇ ਤੋਂ, ਰਾਜਸਥਾਨ ਤੋਂ, ਯੂਪੀ ਤੋਂ, ਜੰਮੂ ਕਸ਼ਮੀਰ ਤੋਂ ਪੇਸ਼ੈਂਟਸ ਆਉਂਦੇ ਹੁੰਦੇ ਸੀ। ਮਤਲਬ ਪੰਜਾਬ ਬਾਹਰੋਂ ਪੇਸ਼ੈਂਟਸ ਪੰਜਾਬ ਦੇ ਆਉਂਦੇ ਸੀਗੇ। ਓਵਰ ਦਾ ਪੀਰੀਅਡ ਜਿਹੜੀਆਂ ਸਕਸੈਸਿਵ ਗਵਰਨਮੈਂਟਸ ਆਈਆਂ ਉਹਨਾਂ ਨੇ ਜਿਹੜੀ ਹੈਲਥ ਕੇਅਰ ਨੂੰ ਨੈਗਲੈਕਟ ਕੀਤਾ। ਸਾਡੀਆਂ ਇਹ ਵਾਲੀਆਂ ਜਿਹੜੀਆਂ ਮਤਲਬ ਕਿ ਨੈਸ਼ਨਲ ਲੈਵਲ ਦੀਆਂ ਇੰਸਟੀਚਿਊਟ ਸੀਗੀਆਂ ਉਹ ਡਿਟੀਰੀਓਰੇਟ ਹੋਈਆਂ, ਉਹ ਨੀਚੇ ਨੂੰ ਗਈਆਂ। ਉਹ ਹੁਣ ਮਾਨ ਸਾਹਿਬ ਦੇ ਆਉਣ ਤੋਂ ਬਾਅਦ, ਪਹਿਲਾਂ ਇੱਕ ਤੁਸੀਂ ਸੁਣਿਆ ਹੋਣਾ ਕੈਂਸਰ ਟ੍ਰੇਨ ਬਠਿੰਡੇ ਤੋਂ ਜਾਂਦੀ ਹੁੰਦੀ ਸੀ, ਬੀਕਾਨੇਰ ਜਾਂਦੇ ਹੁੰਦੇ ਸੀ ਪੇਸ਼ੈਂਟ, ਬੜੀ ਸਟੋਰੀਆਂ ਉਹਦੀਆਂ ਨਿਕਲਦੀਆਂ, ਬਹੁਤ ਸਟੋਰੀਆਂ ਸੀਗੀਆਂ। ਹੁਣ ਸਾਡੇ ਕੋਲ ਸਾਡੇ ਮੈਡੀਕਲ ਕਾਲਜਿਸ ਵਿੱਚ ਕੈਂਸਰ ਦਾ ਇਲਾਜ ਹੈ। ਤੁਹਾਡੇ ਰੀਸੈਂਟਲੀ ਮੁੱਲਾਂਪੁਰ 'ਚ ਪਹਿਲਾਂ ਸੰਗਰੂਰ ਦੇ ਵਿੱਚ ਜਿਹੜਾ ਕੈਂਸਰ ਹੋਸਪਿਟਲ ਹੈ, ਮਤਲਬ ਜਿਹੜਾ ਟਾਟਾ ਕੈਂਸਰ ਹੋਸਪਿਟਲ ਦੇ ਨਾਲ, ਔਰ ਜਿਹੜੀ ਡਿਪਾਰਟਮੈਂਟ ਆਫ ਐਟੋਮਿਕ ਐਨਰਜੀ ਦੇ ਨਾਲ ਉਹਨਾਂ ਦੇ ਕੋਲੈਬੋਰੇਸ਼ਨ ਦੇ ਨਾਲ ਪੰਜਾਬ ਗਵਰਨਮੈਂਟ ਨੇ ਇਨੀਸ਼ੀਏਟਿਵ ਲੈ ਕੇ ਜ਼ਮੀਨ ਦੇ ਕੇ ਉਹ ਸ਼ੁਰੂ ਕਰਾਇਆ। ਔਰ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ, ਬਠਿੰਡੇ ਦੇ ਵਿੱਚ, ਹੁਣ ਫਾਜ਼ਿਲਕਾ ਦੇ ਵਿੱਚ ਕੈਂਸਰ ਹੋਸਪਿਟਲ ਬਣ ਗਿਆ। ਅਸੀਂ ਇੱਕ ਸਟੈਪ ਅੱਗੇ ਜਾ ਰਹੇ ਹਾਂ। ਹੁਣ ਪੰਜਾਬ ਦੇ ਪੇਸ਼ੈਂਟ ਬੀਕਾਨੇਰ ਨਹੀਂ ਜਾਂਦੇ, ਹੁਣ ਬੀਕਾਨੇਰ ਤੋਂ ਪੇਸ਼ੈਂਟ, ਹੁਣ ਰਾਜਸਥਾਨ ਤੋਂ ਪੇਸ਼ੈਂਟ ਪੰਜਾਬ 'ਚ ਆਉਂਦੇ ਆ, ਹੁਣ ਜੰਮੂ ਤੋਂ ਪੇਸ਼ੈਂਟ ਪੰਜਾਬ 'ਚ ਆਉਂਦੇ, ਹੁਣ ਬਾਹਰੋਂ ਕੈਂਸਰ ਦਾ ਇਲਾਜ ਕਰਾਉਣ ਪੇਸ਼ੈਂਟ ਆਉਂਦੇ ਆ। ਇਸ ਤੋਂ ਅਸੀਂ ਅੱਗੇ ਇੱਕ ਸਟੈਪ ਜਾ ਕੇ ਵੀ ਲੋਕਾਂ ਨੂੰ ਕੈਂਸਰ ਹੁੰਦਾ ਕਿਉਂ ਹੈ, ਹੁਣ ਅਸੀਂ ਜਿਹੜੀ ਪ੍ਰਵੈਂਸ਼ਨ ਆਫ ਕੈਂਸਰ, ਪ੍ਰਵੈਂਸ਼ਨ ਆਫ ਜਿਹੜਾ ਤੁਹਾਡਾ ਅਰਲੀ ਡਾਇਗਨੋਸਿਸ ਐਂਡ ਟ੍ਰੀਟਮੈਂਟ, ਜਦੋਂ ਇਹ ਕਿਉਰੇਬਲ ਹੋਵੇ ਸਟੇਜ 1 ਤੇ ਸਟੇਜ 2 ਤੇ। ਪਹਿਲਾਂ ਨੋਰਮਲੀ ਕੀ ਹੁੰਦਾ ਕਿ ਕੈਂਸਰ ਪਹਿਲਾਂ ਹੋ ਰਿਹਾ ਸੀ, ਡਾਇਗਨੋਸ ਹੋ ਰਿਹਾ ਸੀਗਾ ਜਦੋਂ ਟਰਮੀਨਲ ਸਟੇਜ ਸੀ, ਜਦੋਂ ਉਹਦਾ ਇਲਾਜ ਹੀ ਨਹੀਂ ਹੋ ਸਕਦਾ, ਉਸ ਵੇਲੇ ਲੋਕ ਜਾਂਦੇ ਸੀ। ਹੁਣ ਅਸੀਂ ਅਰਲੀ ਡਿਟੈਕਸ਼ਨ, ਪ੍ਰਵੈਂਸ਼ਨ ਆਫ ਕੈਂਸਰ, ਸੋ ਅਸੀਂ ਇੱਕ ਸਟੈਪ ਅੱਗੇ ਜਾ ਕੇ ਉਹਦੇ 'ਤੇ ਕੰਮ ਕਰ ਰਹੇ ਹਾਂ। ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਡਾਇਲਸਿਸ ਸੈਂਟਰ ਬਣੇ ਹੋਏ ਸੀ, NRIs ਨੇ ਬਣਾਏ ਹੋਏ ਸੀਗੇ। ਅਸੀਂ ਉਹ ਸੋਚਿਆ ਵੀ ਇਹਦਾ ਕਾਰਨ ਕੀ ਹੈ, ਫਿਰ ਉਹਦੀ ਸਟੱਡੀ ਕੀਤੀ ਅਸੀਂ। ਉਹਦੇ 'ਚ ਦੋ ਕਾਰਨ ਹੈ ਉਹਦੇ, ਹਾਈਪਰਟੈਂਸ਼ਨ, ਡਾਇਬਿਟੀਜ਼, ਅਨਡਾਇਗਨੋਸਡ, ਅਨਕੰਟਰੋਲਡ, ਬੰਦੇ ਨੂੰ ਪਤਾ ਹੀ ਨਹੀਂ ਮੈਨੂੰ ਸ਼ੂਗਰ ਹੈ, ਮੈਨੂੰ ਬੰਦੇ ਨੂੰ ਪਤਾ ਨਹੀਂ ਮੈਨੂੰ ਬਲੱਡ ਪ੍ਰੈਸ਼ਰ ਹੈ, ਜਾਂ ਉਹਨੂੰ ਪਤਾ ਹੈਗਾ ਉਹ ਦਵਾਈ ਨਹੀਂ ਲੈਂਦਾ, ਜਾਂ ਉਹ ਟੈਸਟ ਨਹੀਂ ਕਰਾਉਂਦਾ। ਹੁਣ ਮੁਹੱਲਾ ਕਲੀਨਿਕ 'ਚ ਟੈਸਟ ਹੋਣ ਲੱਗ ਗਏ, ਜਿਹੜਾ ਬੰਦਾ ਸੋਚਦਾ ਸੀ ਸ਼ਹਿਰ ਜਾਵਾਂਗੇ ਕਿੰਨੇ ਪੈਸੇ ਲੱਗਣਗੇ, ਸੋਚੀ ਜਾਂਦਾ ਸੀ ਬੰਦਾ 2-3 ਮਹੀਨੇ, ਉਹ ਹੁਣ ਜਾ ਕੇ ਹਰ ਹਫ਼ਤੇ ਮੁਹੱਲੇ ਜਾ ਕੇ ਉੱਥੇ ਮੁਹੱਲਾ ਕਲੀਨਿਕ 'ਚ ਟੈਸਟ ਕਰਾਉਂਦਾ ਸ਼ੂਗਰ BP ਦਾ, ਹਰ ਹਫ਼ਤੇ ਜਾ ਕੇ ਜੇ ਦਵਾਈ ਵਧਾਉਣੀ ਆ ਘਟਾਉਣੀ ਆ ਉਹਦੀ ਟ੍ਰੀਟਮੈਂਟ ਹੋ ਰਹੀ ਆ। ਸੋ ਇਸ ਤਰ੍ਹਾਂ ਜਿਹੜੇ ਇਹ ਸਟੈਪਸ ਹੁਣ ਮਾਨ ਗਵਰਨਮੈਂਟ ਨੇ ਲਏ ਆ, ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਗੁਰਦੇ ਫੇਲ ਹੋਣੇ ਬੰਦ ਹੋ ਜਾਣਗੇ, ਲਿਵਰ ਫੇਲ ਹੋਣ ਬੰਦ ਹੋ ਜਾਣਗੇ, ਲੋਕਾਂ ਦੇ ਗੋਡੇ, ਤੁਸੀਂ ਦੇਖੋ ਥਾਂ ਥਾਂ ਤੇ ਬੋਰਡ ਲੱਗੇ ਹੋਏ ਆ, ਠੀਕ ਹੈ, ਰੋਬੋਟਿਕ ਸਰਜਰੀ, ਫਲਾਨੀ ਸਰਜਰੀ, ਫਲਾਨੀ ਸਰਜਰੀ। ਹੁਣ ਜਿਹੜੇ ਤੁਹਾਡੇ ਗੋਡੇ ਆ, ਜਿਹੜੇ ਤੁਹਾਡੇ ਸਪੇਅਰ ਪਾਰਟ ਹੈ, ਦੇ ਕਮ ਵਿਦ ਲਾਈਫ ਟਾਈਮ ਗਰੰਟੀ, ਠੀਕ ਹੈ ਜੀ, ਜੇ ਤੁਸੀਂ ਉਹਨਾਂ ਨੂੰ ਮੇਨਟੇਨ ਕਰੋ। ਤੇ ਉਹਦੇ ਵਾਸਤੇ ਜਿਹੜਾ ਯੋਗਾ ਹੈਗਾ, ਇਟ ਵਿਲ ਬੀ ਵੈਰੀ ਹੈਲਪਫੁਲ। ਜੇ ਲੋਕ ਯੋਗਾ ਕਰਨਗੇ,
ਐਕਸਰਸਾਈਜ਼ ਕਰਨਗੇ, ਵਾਕਿੰਗ ਕਰਨਗੇ, ਜਿਮ ਲਾ ਰਹੇ ਹਾਂ ਜੀ ਸਾਰੇ ਅਸੀਂ, ਪਾਰਕ ਬਹੁਤ ਸਾਰੇ ਬਣਾ ਰਹੇ ਹਾਂ, ਦਿਸ ਇਜ਼ ਪਾਰਟ ਆਫ ਮੈਂਟਲ ਹੈਲਥ। ਤੁਸੀਂ ਤੁਸੀਂ ਡਾਕਟਰ ਸਾਹਿਬ ਜਿਹੜਾ ਕੈਂਸਰ ਦਾ ਜ਼ਿਕਰ ਕੀਤਾ, ਜੇ ਮੈਂ ਗਲਤ ਨਹੀਂ ਹੈ ਤਾਂ ਜ਼ਿਆਦਾ ਪ੍ਰੋਬਲਮ ਲਿਵਰ ਕੈਂਸਰ ਦੀ ਹੈ ਜਿਹੜੀ, ਇਸ ਮਾਲਵਾ ਬੈਲਟ ਜਾਂ ਖਰਾਬ ਪਾਣੀ ਦਾ ਜ਼ਿਕਰ ਕਰੀਏ ਅਰਲੀ ਸਟੇਜ, ਜੇ ਤੁਸੀਂ ਪੀਲੀਆ ਫਿਰ ਹੈਪੇਟਾਈਟਿਸ ਬੀ ਔਰ ਹੌਲੀ ਹੌਲੀ ਸਿਰੋਸਿਸ ਬਣ ਜਾਂਦਾ, ਜਿਹੜੀ ਸਟੇਜ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਉੱਥੇ ਆ ਕੇ ਪਤਾ ਚੱਲਦਾ ਜਦੋਂ ਸਿਰੋਸਿਸ ਹੋ ਗਿਆ, ਫਿਰ ਤੇ ਟ੍ਰਾਂਸਪਲਾਂਟ ਤੋਂ ਇਲਾਵਾ ਇਲਾਜ ਹੀ ਨਹੀਂ, ਕੋਈ ਚਾਰਾ ਨਹੀਂ ਰਹਿੰਦਾ ਤੁਹਾਡੇ ਕੋਲੇ। ਤੁਸੀਂ ਉਸ ਚੀਜ਼ ਨੂੰ ਡਿਟੈਕਟ ਕਰਨ ਦੇ ਵਿੱਚ ਕਿੰਨਾ ਕੁ ਸਕਸੈਸਫੁਲ ਹੋ ਪਾਏ ਹੋ ਕਿ ਅਰਲੀ ਸਟੇਜ 'ਚ ਪਤਾ ਚੱਲ ਜੇ ਔਰ ਤੁਹਾਨੂੰ ਸਿਰੋਸਿਸ ਦੀ ਸਟੇਜ ਤੱਕ ਜਾਣਾ ਹੀ ਨਾ ਪਵੇ? ਬਿਲਕੁਲ ਠੀਕ ਹੈ ਜੀ। ਉਹਦੇ 'ਚ ਜੇ ਮੈਂ ਕੈਂਸਰ ਦੀ ਗੱਲ ਕਰਾਂ ਨਾ ਜੀ, ਸਿਰਫ 2 ਜਾਂ ਵੱਧ ਤੋਂ ਵੱਧ 5% ਤੁਸੀਂ ਕਹਿ ਸਕਦੇ ਹੋ ਕਿ ਹੈਰੀਟਰੀ ਹੈ ਜਾਂ ਜੀਨਸ ਨਾਲ ਸੰਬੰਧ ਹੈ ਜੀ। 95% ਜਿਹੜੇ ਕੌਜ਼ ਹੈ ਉਹ ਇਨਵਾਇਰਮੈਂਟਲ ਹੈ, ਤੁਹਾਡੇ ਏਅਰ ਪੋਲਿਊਸ਼ਨ ਹੈ, ਠੀਕ ਹੈ, ਵਾਟਰ ਦੀ ਪ੍ਰੋਬਲਮ ਹੈ, ਪੰਜਾਬੀਆਂ ਦੀ ਆਦਤ ਹੈ, ਪੰਜਾਬੀ ਦਾਰੂ ਬਹੁਤ ਪੀਂਦੇ ਆ, ਸ਼ਰਾਬ ਬਹੁਤ ਵੱਡੀ ਸਮੱਸਿਆ, ਸ਼ਰਾਬ ਪੀਂਦੇ ਆ, ਮਤਲਬ ਆਪਾਂ ਚਾਹੇ ਦੇਸ਼ 'ਚ ਆਪਾਂ 3ਜੇ 4 ਨੰਬਰ ਤੇ ਹਾਂ, ਸਾਡੇ ਨੂੰ ਅੱਗੇ ਵਾਲੇ ਵੀ ਹੈਗੇ, ਬਟ ਫਿਰ ਵੀ ਕਾਫੀ ਪੀਂਦੇ ਆ, ਜ਼ਿਆਦਾ ਪੀਂਦੇ ਆ ਜੀ ਜੀ, ਠੀਕ ਹੈ ਜੀ। ਇਹਦੇ ਨਾਲ ਤੁਹਾਡੀ ਸਮੋਕਿੰਗ ਵੀ ਆ ਗਈ। ਹੁਣ ਜਿਹੜੀ ਏਅਰ ਪੋਲਿਊਸ਼ਨ ਹੈ ਇਹਦੇ 'ਚ ਹੁਣ ਸਾਹ ਤਾਂ ਆਪਾਂ ਸੇਮ ਹਵਾ 'ਚ ਲੈਂਦੇ ਹਾਂ ਜੀ, ਜਿਹੜੀ ਆਪਣੇ ਜੇ ਮੈਂ ਗੱਲ ਕਰਾਂ NCR ਦੀ, ਨੈਸ਼ਨਲ ਕੈਪੀਟਲ ਰੀਜਨ ਦੀ, ਉੱਥੇ ਲੋਕ 30 ਸਿਗਰਟ ਦੇ ਬਰਾਬਰ ਧੂੰਆਂ ਇਨਹੇਲ ਕਰ ਰਹੇ ਆ, ਅਸੀਂ ਵੀ 15 ਦਿਨ ਤੱਕ ਕਰ ਹੀ ਰਹੇ ਹਾਂ ਅਸੀਂ, ਮੰਨ ਲਓ ਨਾ ਜੀ। ਇਸੇ ਤਰ੍ਹਾਂ ਜਿਹੜਾ ਤੁਹਾਡਾ ਆਪਾਂ ਆਪਣੀਆਂ ਫੂਡ ਹੈਬਿਟਸ ਹੈ, ਜਿਹੜਾ ਬੰਦਾ ਮਤਲਬ ਕੁਦਰਤ ਦਾ ਬਣਾਇਆ ਹੋਇਆ ਖਾਣਾ, ਚਾਹੇ ਉਹ ਫਰੂਟਸ ਹੋਣ, ਸਲਾਦ ਹੋਵੇ, ਐਜ ਇਟ ਇਜ਼ ਖਾਏਗਾ ਔਰ ਘਰ ਦਾ ਬਣਿਆ ਹੋਇਆ ਖਾਣਾ ਖਾਏਗਾ, ਉਹਨੂੰ ਕੈਂਸਰ ਹੋਣ ਦੇ ਚਾਂਸਿਸ ਬਹੁਤ ਘੱਟ ਹੈ। ਮਤਲਬ ਜੇ ਆਪਾਂ ਦੂਜੇ ਪਾਸੇ ਦੇਖੀਏ ਕਿ ਜਿਹੜਾ ਬੰਦਾ ਬਾਜ਼ਾਰੋਂ ਖਾਣਾ ਖਾਂਦਾ, ਪ੍ਰਜ਼ਰਵੇਟਿਵ ਵਾਲਾ ਖਾਣਾ ਖਾਂਦਾ, ਜਿਹੜਾ ਡੱਬਿਆਂ 'ਚ ਬੰਦ ਆਉਂਦਾ, ਉਹਦੇ 'ਚ ਪ੍ਰਜ਼ਰਵੇਟਿਵ ਹੁੰਦੇ ਆ, ਕੈਮੀਕਲਸ ਹੁੰਦੇ ਆ, ਪਾਣੀ ਦੀਆਂ ਬੋਤਲਾਂ ਜਿਹੜੀਆਂ ਆਪਾਂ ਪਲਾਸਟਿਕ ਦੇ ਲਿਫਾਫੇ 'ਚ ਖਾਣਾ ਲੈ ਕੇ ਆਉਂਦੇ, ਜਿਹੜਾ ਖਾਣਾ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਜਾਂ ਜਿਹੜੀਆਂ ਈਵਨ ਜਿਹੜੀਆਂ ਕੁਛ ਸਟਰੀਟ ਫੂਡ ਹੋ ਗਿਆ, ਹਾਂ ਜਿਹੜਾ ਸਟਰੀਟ ਫੂਡ ਹੈ ਉਹਦੇ 'ਚ ਨਾ ਕੈਂਸਰ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਆ। ਸਟ੍ਰੈਸ ਵੀ ਕੈਂਸਰ ਕਰਦਾ ਜੀ, ਓਬੈਸਟੀ ਨਾਲ ਕੈਂਸਰ ਹੁੰਦਾ ਜਿਹੜੇ ਬੰਦੇ ਸੈਡੈਂਟਰੀ ਲਾਈਫ ਸਟਾਈਲ ਹੈ। ਇਸੇ ਕਰਕੇ ਅਸੀਂ ਯੋਗਾ ਸ਼ੁਰੂ ਕੀਤਾ, ਕਿਉਂਕਿ ਪਹਿਲਾਂ ਜਿਹੜੀ ਮਤਲਬ ਐਗਰੀਕਲਚਰ ਸੀ ਮੈਨੂਅਲ ਸੀ, ਬਲਦਾਂ ਨਾਲ ਖੇਤੀ ਹੁੰਦੀ ਸੀ, ਮੇਰੇ ਫਾਦਰ ਬਲਦਾਂ ਨਾਲ ਖੇਤੀ ਕਰਦੇ ਸੀ, ਉਹ ਇੱਕ ਏਕੜ ਬਾਹਣ ਦੇ ਵਿੱਚ ਉਹ 20 ਕਿਲੋਮੀਟਰ ਚੱਲਦੇ ਸੀ, 18 ਤੋਂ 20 ਕਿਲੋਮੀਟਰ, ਔਰ ਖੇਤ ਦੇ ਵਿੱਚ ਚੱਲਦੇ ਸੀ ਉਹ, ਇਟ ਵਾਜ਼ ਅ ਟਫ ਜੋਬ, ਸੋ ਦੋਜ਼ ਪੀਪਲ ਵੇਰ ਵੈਰੀ ਸਟੱਡੀ। ਹੁਣ ਪਿੱਛੇ ਜੇ ਇੱਕ ਰੀਸੈਂਟ PGI ਨੇ ਸਟੱਡੀ ਕੀਤੀ ਆ ਕਿ ਜਿਹੜੇ ਪਿੰਡਾਂ ਦੇ ਲੋਕ ਹੈ ਉਹਨਾਂ ਦੇ ਵਿੱਚ ਮੋਟਾਪਾ ਜ਼ਿਆਦਾ ਵੱਧ ਰਿਹਾ, ਕਿਉਂਕਿ ਖੇਤੀ ਟਰੈਕਟਰ ਨਾਲ ਹੁੰਦੀ ਹੈ, ਲੇਬਰ ਬਾਹਰੋਂ ਆਉਂਦੀ ਹੈ, ਉਹ ਜਿਹੜਾ ਅਸੀਂ ਹੱਥਾਂ ਦਾ ਕੰਮ ਸੀਗਾ, ਹੱਥੀ ਕੰਮ ਘੱਟ ਗਿਆ, ਹੱਥੀ ਕੰਮ ਕਰਨਾ ਅਸੀਂ ਛੱਡ ਗਏ, ਮੰਨ ਲਓ ਨਾ ਜੀ। ਸੋ ਇਹ ਸਾਰੇ ਫੈਕਟਰਸ ਨੂੰ ਮੋਡੀਫਾਈ ਕਰਨਾ ਅਸੀਂ, ਮੰਨ ਲਓ ਨਾ ਜੀ। ਅਰਲੀ ਡਿਟੈਕਸ਼ਨ ਦੇ ਵਿੱਚ ਅਸੀਂ ਸਾਡੇ ਪਿੱਛੇ ਬ੍ਰੈਸਟ ਕੈਂਸਰ 'ਤੇ ਅਸੀਂ ਇੱਕ ਜਿਹੜੀ ਸੀ ਉਹ ਥਰਮਲ ਸਕਰੀਨਿੰਗ ਕੀਤੀ ਸੀ ਉਹਦੇ ਵਿੱਚ, ਜਿਵੇਂ ਬ੍ਰੈਸਟ ਕੈਂਸਰ ਹੈ, ਔਰਤਾਂ ਦੇ ਵਿੱਚ ਬ੍ਰੈਸਟ ਔਰ ਯੂਟਰਸ ਦਾ ਕੈਂਸਰ ਹੈ, ਦੋਨੋਂ ਹੀ ਬਹੁਤ ਅਰਲੀ ਡਾਇਗਨੋਸ ਹੋ ਸਕਦਾ, ਬੜਾ ਈਜ਼ੀ ਹੈ, ਮੈਮੋਗ੍ਰਾਫੀ ਤਾਂ ਬਾਅਦ 'ਚ ਲੋੜ ਹੈ, ਪਹਿਲਾਂ ਸੈਲਫ ਐਗਜ਼ਾਮੀਨੇਸ਼ਨ, ਠੀਕ ਹੈ ਜੀ, ਉਹਦਾ ਡਾਕਟਰ ਦਾ ਐਗਜ਼ਾਮੀਨੇਸ਼ਨ, ਫਿਰ ਤੁਸੀਂ ਮੈਮੋਗ੍ਰਾਫੀ ਜਿੱਥੇ ਲੋੜ ਹੋਵੇ, ਜਾਂ ਰੈਗੂਲਰ ਸਕਰੀਨਿੰਗ ਜਿੱਦਾਂ ਮੈਂ BP ਸ਼ੂਗਰ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਸਰਵਿਕਸ ਦਾ ਹੈਗਾ, ਉਹਦਾ ਅਸੀਂ ਮਤਲਬ ਉਹਦਾ ਚੈੱਕਅਪ ਕਰਕੇ, ਲਿਊਕੋਪਲੇਕਿਆ ਦੀ ਪਹਿਲੀ ਸਟੇਜ ਹੁੰਦੀ ਹੈ ਉਹਦੀ, ਉਦੋਂ ਪਤਾ ਲੱਗ ਜਾਂਦਾ ਕੈਂਸਰ ਇਜ਼ ਕਿਊਰੇਬਲ। ਇਹ ਬਹੁਤ ਸਾਰੇ ਅਸੀਂ ਜਿਹੜੇ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੈ, ਜਿਹੜੇ ਸਟਾਫ ਦੀ ਟ੍ਰੇਨਿੰਗ ਦੇਣੀ ਹੈ, ਚਾਹੇ ਸਾਡੀਆਂ ਆਸ਼ਾ ਵਰਕਰਸ ਹੈ, ANM ਹੈ, ਉਹਨਾਂ ਨੇ ਆਪਣਾ ਰੈਫਰ ਕਰਨਾ, ਉਹਨਾਂ ਨੇ ਜਾਂ CHOs ਹੈਗੇ ਆ ਆਪਣੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ, ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਇਨੀਸ਼ੀਏਟਿਵ ਹੈ ਅਸੀਂ, ਅਰਲੀ ਡਿਟੈਕਸ਼ਨ ਆਫ ਕੈਂਸਰ ਆਲਸੋ, ਅਦਰ ਡਿਜ਼ੀਜ਼ ਆਲਸੋ, ਹਾਈਪਰਟੈਂਸ਼ਨ ਆਲਸੋ, ਡਾਇਬਟੀਜ਼ ਆਲਸੋ, ਲਾਈਫ ਸਟਾਈਲ ਡਿਸਆਰਡਰਸ, ਮਤਲਬ ਹੋਰ ਜਿੰਨੇ ਵੀ ਤੁਹਾਡੇ ਸਟ੍ਰੈਸ ਰਿਲੇਟਡ ਹੈ, ਚਾਹੇ ਉਹ ਇਨਸੋਮਨੀਆ ਹੈ, ਚਾਹੇ ਤੁਹਾਡੇ ਮਾਈਗ੍ਰੇਨ ਦੀ ਬਿਮਾਰੀ ਹੈ,
ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਜਿਹੜੀਆਂ ਤੁਸੀਂ ਲਾਈਫ ਸਟਾਈਲ ਮੋਡੀਫਿਕੇਸ਼ਨ ਨਾਲ ਠੀਕ ਹੋ। ਡਾਕਟਰ ਸਾਹਿਬ, ਚੈਲੇਂਜਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਸ਼ਬਦ ਬੜਾ ਚੱਲਦਾ ਪੰਜਾਬ 'ਚ, ਰੈਫਰ ਟੂ PGI। ਜੀ, ਮੈਂ ਖਾਲੀ ਪੰਜਾਬ ਦੀ ਨਹੀਂ, ਆਪਾਂ ਕਈ ਮੈਂ PGI ਵੀ ਇੱਕ ਦਿਨ ਬੈਠਿਆ ਸੀ, ਡਾਕਟਰ ਕਹਿੰਦੇ ਕਿ ਇੱਥੇ ਬੈੱਡ ਤਾਂ ਭਰੇ ਰਹਿਣਗੇ ਕਿਉਂਕਿ ਖਾਲੀ ਪੰਜਾਬ ਨਹੀਂ, ਹਰਿਆਣਾ, ਹਿਮਾਚਲ, ਆਸ ਪਾਸ ਦੇ ਨੇਬਰਿੰਗ ਨੂੰ PGI ਦਾ ਬਰਡਨ ਹੈ। ਜੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਿ 226 ਸਰਕਾਰੀ ਹਸਪਤਾਲ ਨੇ, ਜੇ ਪ੍ਰਾਇਮਰੀ ਹੈਲਥ ਦੀ ਆਪਾਂ ਗੱਲ ਕਰੀਏ, ਔਰ 4550 ਦੇ ਕਰੀਬ ਸੈਂਕਸ਼ਨ ਪੋਸਟਾਂ ਨੇ। ਮੈਨੂੰ ਕੋਈ ਦੱਸ ਰਿਹਾ ਸੀ ਕਿ ਤੁਸੀਂ ਬੜੇ ਇਮੋਸ਼ਨਲੀ ਅਟੈਚਡ ਹੋ ਆਪਣੇ ਮਹਿਕਮੇ ਨਾਲ, ਇਹ ਡਾਕਟਰ ਚਲੋ ਹੋ, ਤੇ ਇੱਕ ਪਹਿਲੀ ਵਾਰ ਸ਼ਾਇਦ ਤੁਸੀਂ ਪਹਿਲ ਵੀ ਕੀਤੀ ਹੈ ਕਿ ਫੀਡਬੈਕ ਲਈ ਡਾਕਟਰਾਂ ਤੋਂ ਦੱਸੋ ਜੀ ਕੀ ਚਾਹੀਦਾ ਕੀ ਨਹੀਂ ਚਾਹੀਦਾ। ਮੈਂ ਆਈਡੀਅਲ ਦਾ ਜ਼ਿਕਰ ਇਸ ਕਰਕੇ ਕਰਤਾ ਕਿ ਟਾਈਮ ਟੂ ਟਾਈਮ ਐਮਰਜੈਂਸੀ ਡਰੱਗ ਲਿਸਟ ਨੂੰ ਤੁਸੀਂ ਚੇਂਜ ਕਰਦੇ ਰਹਿੰਦੇ ਹੋ, ਪਰ ਤੁਹਾਨੂੰ ਕੀ ਲੱਗਦਾ? ਉਹੀ ਗੱਲ ਹੈ ਕਿ ਕਈ ਵਾਰ ਅਸੀਂ ਇਹ ਵੀ ਖਬਰਾਂ ਪੜ੍ਹਦੇ ਨੇ ਕਿ ਹਸਪਤਾਲ ਹੀ ਬਿਮਾਰ ਹੈ, ਮਰੀਜ਼ ਤਾਂ ਬਿਮਾਰ ਹੈ, ਹਸਪਤਾਲ ਹੀ ਬਿਮਾਰ ਹੈ, ਕਿਤੇ ਦਵਾਈਆਂ ਹੈ ਨਹੀਂ, ਕਿਤੇ ਸਟਾਫ ਦੀ ਕਮੀ, ਕਿਤੇ ਡਾਕਟਰਾਂ ਦੀ ਕਮੀ, ਕਿਤੇ ਇਕਵਿਪਮੈਂਟਸ ਹੈਗੇ ਉਹਨੂੰ ਚਲਾਉਣ ਵਾਲੇ ਬੰਦੇ ਹੈ। ਰਾਤ ਨੂੰ 12-1 ਵਜੇ ਕੋਈ ਚਲਾ ਜਾਵੇ ਤਾਂ ਐਮਰਜੈਂਸੀ ਡਾਕਟਰ ਨਹੀਂ, ਫਿਰ ਇੱਕ ਹੋਰ ਵੀ ਪ੍ਰੋਬਲਮ ਹੈ ਕਿ ਡਾਕਟਰ ਵੀ ਕਈ ਵਾਰ ਟੁੱਟ ਕੇ ਪੈਂਦਾ ਮਰੀਜ਼ ਨੂੰ, ਕਿਉਂਕਿ ਮਰੀਜ਼ ਦੇ ਨਾਲ ਤਾਂ ਜਿਹੜੇ ਤਿਮਾਰਦਾਰ ਜਾਂਦੇ ਨੇ ਉਹ ਤਾਂ ਪੈਨਿਕ ਹੁੰਦੇ ਨੇ, ਲੱਗਦਾ ਕਿ ਸਾਡਾ ਮਰੀਜ਼ ਸਭ ਤੋਂ ਜ਼ਿਆਦਾ ਦੇਖਿਆ ਜਾਏ। ਇਹ ਸਾਰੇ ਚੈਲੇਂਜਸ ਵੀ ਇੱਕ ਹੈਲਥ ਸਿਸਟਮ ਦਾ ਪਾਰਟ ਨੇ, ਕਿਵੇਂ ਇਸ ਚੀਜ਼ ਨੂੰ ਦੇਖਦੇ? ਦੇਖੋ, ਮੈਂ ਜਿੱਦਾਂ ਕਿਹਾ ਨਾ ਕਿ ਤੁਹਾਨੂੰ ਪਿੱਛੇ ਦੇਖਣਾ ਪੈਂਦਾ ਵੀ ਇਹਦਾ ਕਾਰਨ ਕੀ ਆ। 2016 ਦੇ ਵਿੱਚ ਜਿਹੜੇ ਰੂਰਲ ਮੈਡੀਕਲ ਅਫਸਰ, ਉੱਥੇ ਰੂਰਲ ਡਿਸਪੈਂਸਰੀਆਂ ਬਣੀਆਂ ਸੀ, ਸੋਰੀ 2006 ਦੇ ਵਿੱਚ, ਉਹਨਾਂ ਨੇ 2006 ਤੋਂ ਬਾਅਦ ਉਹਨਾਂ ਨੂੰ 17 ਸਾਲ ਤੋਂ ਉੱਥੇ ਰੰਗ ਰੋਗਨ ਤੱਕ ਨਹੀਂ ਹੋਇਆ ਜੀ। ਮਤਲਬ ਕਈ ਬਿਲਡਿੰਗ, ਜਦੋਂ ਅਸੀਂ ਹੁਣ ਸਾਰਾ ਐਨਾਲਿਸਿਸ ਕਰਾਇਆ, ਕਈ ਬਿਲਡਿੰਗ ਅਨਸੇਫ ਸੀਗੀਆਂ ਜਿੱਥੇ ਬੈਠ ਕੇ ਡਾਕਟਰ ਪੇਸ਼ੈਂਟ ਦੇਖਦੇ ਸੀ, ਕੁਛ ਵੀ ਹਾਦਸਾ ਵੀ ਹੋ ਸਕਦਾ ਸੀ। ਹੁਣ ਉੱਥੇ ਇੱਕ ਤੁਹਾਨੂੰ ਮਾਡਰਨ ਕਲੀਨਿਕ ਮਿਲੇਗਾ, ਜਿਹਨੂੰ ਅਸੀਂ ਆਮ ਆਦਮੀ ਕਲੀਨਿਕ ਕਹਿੰਦੇ ਹਾਂ। ਏ ਕਲਾਸ ਬਿਲਡਿੰਗ ਹੋਏਗੀ, ਸਾਫ ਬਾਥਰੂਮਸ ਹੋਣਗੇ, ਡਾਕਟਰ ਵੀ ਹੋਏਗਾ, ਟੈਸਟ ਵੀ ਹੋਣਗੇ। ਇਹ ਬੜੀ ਦੇਰ ਤੋਂ ਨਿਗਲੈਕਟਡ ਸੀਗਾ। ਇਸੇ ਤਰ੍ਹਾਂ ਅਸੀਂ ਹੁਣ ਪਿੱਛੇ ਜੇ 272 ਜਿਹੜੇ ਸਪੈਸ਼ਲਿਸਟ ਹੀ ਰੱਖੇ ਅਸੀਂ, ਹਰ ਸਾਲ ਸਾਡੇ ਕੋਲੋਂ 350 ਡਾਕਟਰ ਜਿਹੜੇ ਹੈਗੇ ਆ ਸਾਡੇ ਕੋਲੋਂ ਪੋਸਟ ਗ੍ਰੈਜੂਏਸ਼ਨ ਕਰਕੇ ਜਿਹੜੇ ਬੌਂਡ ਭਰਦੇ ਆ, ਇਹ ਗੱਲ ਮੈਂ ਅਸੈਂਬਲੀ 'ਚ ਵੀ ਕਹੀ ਸੀ, ਉਹ ਬੌਂਡ ਭਰਦੇ ਆ ਜੀ 20 ਲੱਖ ਦਾ, 10 ਲੱਖ ਦਾ, ਜਿਹੜੇ ਬਾਹਰੋਂ ਆਉਂਦੇ ਉਹ 10 ਲੱਖ ਦਾ, ਜਿਹੜੇ ਪੰਜਾਬ ਦੇ ਹੁੰਦੇ ਉਹ 20 ਲੱਖ ਦਾ, ਜਿਹੜੇ ਸਰਵਿਸ ਵਿੱਚ ਹੁੰਦੇ ਆ। ਉਹਨਾਂ ਨੇ 2 ਸਾਲ ਸਰਵਿਸ ਕਰਨੀ ਹੁੰਦੀ ਆ ਜੇ 1 ਸਾਲ ਸਰਵਿਸ ਕਰਨ ਦੀ, ਉਹ ਰੱਖੇ ਨਹੀਂ ਇਹਨਾਂ ਨੇ। ਹੁਣ ਇਸ ਵਾਰੀ ਮੈਂ 2023 'ਚ ਮੈਂ ਸਾਰੇ ਰੱਖ ਲਏ, ਉਹ ਮੇਰੀ ਮੈਡੀਕਲ ਕਾਲਜ ਵਿੱਚ ਸਪੈਸ਼ਲਿਸਟਾਂ ਦੀ ਕਮੀ ਸਾਰੀ ਪੂਰੀ ਹੋ ਗਈ। ਹੁਣ ਜਦੋਂ 2024 ਦੇ ਵਿੱਚ ਆਉਣਗੇ ਉਹ, ਮੈਂ ਸਾਰੇ ਮੇਰੇ ਡਿਸਟ੍ਰਿਕਟ ਹਸਪਤਾਲ, ਸਬ ਡਿਵੀਜ਼ਨ ਹਸਪਤਾਲ, ਸਾਰੇ ਸਪੈਸ਼ਲਿਸਟ ਮੇਰੇ ਕੋਲ ਪੂਰੇ ਹੋ ਜਾਣਗੇ। ਠੀਕ ਹੈ। ਇਸੇ ਤਰ੍ਹਾਂ ਇੱਕ ਡਿਸਟ੍ਰਿਕਟ ਰੈਜ਼ੀਡੈਂਸੀ ਪ੍ਰੋਗਰਾਮ ਸ਼ੁਰੂ ਕੀਤਾ ਜੀ ਅਸੀਂ, ਉਹਦੇ 'ਚ ਜਿਹੜੇ ਮੈਡੀਕਲ ਕਾਲਜ ਦੇ ਸਟੂਡੈਂਟਸ ਆ ਉਹ 3 ਸਾਲ ਦਾ ਕੋਰਸ ਹੁੰਦਾ, ਉਹਨਾਂ 3 ਸਾਲ ਪੋਸਟ ਗ੍ਰੈਜੂਏਸ਼ਨ ਕਰਦੇ ਆ, ਅਤੇ 3 ਮਹੀਨੇ ਉਹ ਕਿਸੇ ਡਿਸਟ੍ਰਿਕਟ ਹਸਪਤਾਲ 'ਚ ਕੰਮ ਕਰਨਗੇ ਜਾ ਕੇ। ਠੀਕ ਹੈ। ਉਹ ਮੇਰੇ ਕੋਲ 773 ਹੈਗੇ ਆ ਐਟ ਐਨੀ ਗਿਵਨ ਟਾਈਮ, 175 180 ਡਾਕਟਰ ਮੇਰੇ ਕੋਲ, ਉਹ ਮੈਂ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਉਹਨਾਂ ਨਾਲ ਐਮਰਜੈਂਸੀ ਸਰਵਿਸ ਸ਼ੁਰੂ ਕਰਾਂਗਾ ਉਹਨਾਂ ਦੇ ਨਾਲ। ਠੀਕ ਹੈ। DNB ਦੇ ਕੋਰਸ ਸ਼ੁਰੂ ਕੀਤੇ ਅਸੀਂ, ਸਾਡੇ ਕੋਲ ਤਕਰੀਬਨ 80-85 ਜਿਹੜੇ DNB ਦੇ ਕੋਰਸ ਸਾਡੇ ਕੋਲ ਚੱਲਦੇ ਪਏ ਆ, ਸਟੂਡੈਂਟਸ ਉਹ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕਰਦੇ ਆ। ਹਾਊਸ ਜੋਬ ਸ਼ੁਰੂ ਕੀਤੀ ਆ ਜੀ ਅਸੀਂ, ਇਹ ਵੀ ਨਵਾਂ ਇਨੀਸ਼ੀਏਟਿਵ ਸੀਗਾ ਮਾਨ ਗਵਰਨਮੈਂਟ ਦਾ, ਕਿ ਜਦੋਂ ਬੰਦਾ ਇੰਟਰਨਸ਼ਿਪ ਕਰਦਾ ਉਹਨੂੰ ਮਤਲਬ ਥਰੈਟੀਕਲ ਨੌਲੇਜ ਤਾਂ ਹੁੰਦੀ ਆ, ਉਹਨੇ ਪੇਸ਼ੈਂਟ ਨਹੀਂ ਦੇਖੇ ਹੁੰਦੇ। ਹਾਊਸ ਜੋਬ ਦੇ ਵਿੱਚ ਫਿਰ ਉਹ ਪੇਸ਼ੈਂਟ ਦੇਖਦੇ ਆ, ਉਹਨਾਂ ਦਾ ਡਾਇਗਨੋਸ ਕਰਦੇ ਆ, ਉਹਨਾਂ ਨੂੰ ਟ੍ਰੀਟ ਕਰਦੇ ਆ, ਫਿਰ ਉਹਦਾ ਕੀ ਹੋਇਆ, ਛੋਟੇ ਮੋਟੇ ਪ੍ਰੋਸੀਜਰ, ਐਮਰਜੈਂਸੀ ਪ੍ਰੋਸੀਜਰ ਸਾਰੇ ਸਿੱਖਦੇ ਆ, ਜਿਹੜੇ ਲਾਈਫ ਸੇਵਿੰਗ ਪ੍ਰੋਸੀਜਰ ਸਾਰੇ ਸਿੱਖਦੇ ਆ, ਉਹ ਅਸੀਂ ਰੀਇੰਟਰੋਡਿਊਸ ਕੀਤੇ ਆ। ਉਹਨਾਂ ਦੀ ਸੈਲਰੀ 30,000 ਸੀ ਬੜੇ ਮੁੱਤਾਂ ਤੋਂ, ਡਾਕਟਰ ਆਉਂਦੇ ਨਹੀਂ ਸੀ ਸਾਡੇ ਕੋਲ, 88 ਪੋਸਟਾਂ ਸੀਗੀਆਂ, 88 ਨਹੀਂ ਆਉਂਦੇ ਸੀ। ਮੈਂ 550 ਪੋਸਟਾਂ ਕੀਤੀਆਂ, ਉਹਨਾਂ ਦੀ ਤਨਖਾਹ ਕਰਤੀ 80,000 ਰੁਪਏ, 75,000 ਰੁਪਇਆ, ਉਹ ਹੁਣ ਸਾਡੇ ਕੋਲ ਆਉਣੇ ਸ਼ੁਰੂ ਹੋ ਗਏ ਡਾਕਟਰ। ਠੀਕ ਹੈ। ਉਹ ਟ੍ਰੇਨਿੰਗ ਲੈ ਰਹੇ ਆ, ਉਹ ਫਿਰ ਟ੍ਰੇਨ ਹੋ ਕੇ ਸਾਡੇ ਕੋਲ ਆਮ ਆਦਮੀ ਕਲੀਨਿਕ 'ਚ ਜਾਣਗੇ, ਫਿਰ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਮਿਲੇਗੀ। ਇਹ ਇੱਕ ਬਹੁਤ ਵਧੀਆ ਜਿਹੜਾ ਮਾਨ ਗਵਰਨਮੈਂਟ ਦਾ ਹੈਗਾ ਨਾ ਜੀ, ਪੰਜਾਬ ਦੇ ਵਿੱਚ ਮੈਡੀਕਲ ਦੇ ਖੇਤਰ ਦੇ ਵਿੱਚ ਫਾਸਟੈਸਟ ਗਰੋਥ ਹੋ ਰਹੀ ਹੈ ਜੀ। ਜਿਹੜਾ ਬੱਚਾ ਹੁਣ MBBS ਕਰ ਰਿਹਾ, ਉਹਨੂੰ ਜੋਬ ਕਰਦੇ ਸਾਰ ਹਾਊਸ ਜੋਬ,
ਉਸ ਜੋਬ ਤੋਂ ਬਾਅਦ ਉਹ ਆਮ ਆਦਮੀ ਕਲੀਨਿਕ 'ਚ ਕੰਮ ਕਰ ਸਕਦਾ। ਉਹ ਗਵਰਨਮੈਂਟ ਸਰਵਿਸ, ਹੁਣ ਅਸੀਂ ਬਹੁਤ ਸਾਰੀਆਂ ਪੋਸਟਾਂ ਕੱਢ ਰਹੇ ਹਾਂ ਜੀ, ਉਹਨਾਂ ਨੂੰ ਡਾਕਟਰਾਂ ਦੀ ਭਰਤੀ ਕਰ ਰਹੇ ਹਾਂ, ਉਹਨਾਂ ਨੂੰ ਕ੍ਰਿਟੀਕਲ ਕੇਅਰ ਦੀ ਟ੍ਰੇਨਿੰਗ ਅਸੀਂ ਦਵਾ ਰਹੇ ਹਾਂ, ਅਸੀਂ ਭੇਜਾਂਗੇ ਉਹਨਾਂ ਨੂੰ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਹਿਲਾਂ ਟੀਚਰਸ ਭੇਜੇ ਸੀ, ਅੱਜ ਮੈਨੂੰ ਮਾਨ ਸਾਹਿਬ ਨੇ ਕਿਹਾ ਡਾਕਟਰ ਸਾਹਿਬ ਆਪਣੇ ਜਿਹੜੇ ਬੰਦੇ ਆ ਉਹਨਾਂ ਨੂੰ ਟ੍ਰੇਨਿੰਗ ਦਵਾਓ, ਸਪੈਸ਼ਲਾਈਜ਼ ਟ੍ਰੇਨਿੰਗ ਦਵਾਓ, ਕ੍ਰਿਟੀਕਲ ਕੇਅਰ ਦੀ ਦਵਾਓ, ਜਿਵੇਂ ਆਪਣੇ ਜਿਹੜੀਆਂ ਆਪਣੇ ਕੋਲ ਨਹੀਂ ਆ ਫੈਮਿਲੀ ਮੈਡੀਸਨ ਦੀ ਨਹੀਂ ਹੈ ਉਹ ਦਵਾਓ, ਅਲਟਰਾਸਾਊਂਡ ਐਕਸਰੇ ਵਿੱਚ ਡਾਕਟਰ ਘੱਟ ਹੈ ਉਹਨਾਂ ਦੀ ਟ੍ਰੇਨਿੰਗ ਦਵਾ ਦਿਓ। ਸੋ ਇਹ ਵਾਲੀਆਂ ਟ੍ਰੇਨਿੰਗ ਉਹਨਾਂ ਨੂੰ ਕਰਨ ਦਾ ਮੌਕਾ ਮਿਲੇਗਾ, ਉਸ ਤੋਂ ਬਾਅਦ ਉਹ ਪੋਸਟ ਗ੍ਰੈਜੂਏਟ ਕਰਨ ਜਾਣਗੇ, 3 ਸਾਲ ਪੋਸਟ ਗ੍ਰੈਜੂਏਸ਼ਨ ਕਰਨਗੇ, ਉਸ ਤੋਂ ਬਾਅਦ ਉਹਨਾਂ ਨੂੰ ਨਾਲ ਦੀ ਨਾਲ ਸੀਨੀਅਰ ਰੈਜੀਡੈਂਟ ਬਣ ਜਾਣਗੇ, ਫਿਰ ਅਸਿਸਟੈਂਟ ਪ੍ਰੋਫੈਸਰ ਬਣ ਜਾਣਗੇ, ਮੈਡੀਕਲ ਟੀਚਰਸ ਬਣ ਜਾਣਗੇ। ਮਤਲਬ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਬੱਚੇ ਬਹੁਤ ਲੱਕੀ ਆ ਉਹ, ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਦੇਸ਼ੋ ਡਾਲਸੋ ਟ੍ਰਾਈ ਹਾਰਡ ਕਿ ਉਹ ਇਹ ਸਾਰੀ ਇਸ ਪ੍ਰੋਸੈਸ ਦੇ ਵਿੱਚ ਪੈਣ, ਤੇ ਵਿਦ ਇਨ ਆਈ ਵੁੱਡ ਸੇ ਕਿ 6-7 ਇਅਰਸ MBBS ਤੋਂ ਬਾਅਦ ਦੇ ਵਿਲ ਬੀ ਮੈਡੀਕਲ ਟੀਚਰਸ ਅਸਿਸਟੈਂਟ ਪ੍ਰੋਫੈਸਰ ਲੱਗੇ ਹੋਏ। ਜਿੰਨੇ ਵੀ ਡਾਕਟਰ ਨੇ ਸਰ, ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ, ਉਹ ਪ੍ਰਾਈਵੇਟ ਪ੍ਰੈਕਟਿਸ ਨੂੰ ਜ਼ਿਆਦਾ ਪ੍ਰੈਫਰ ਕਰਦੇ ਹੈ, ਕੀ ਉਹਦੀ ਵਜ੍ਹਾ? ਸਿਰਫ ਇਹ ਤੁਹਾਡਾ ਸੈਲਰੀ ਕ੍ਰਾਈਟੀਰੀਆ ਜਾਂ ਪੈਸੇ ਘੱਟ ਹੈ ਜਾਂ ਉਸ ਨੂੰ ਲੈ ਕੇ ਤੁਸੀਂ ਕੁਝ ਕਰ ਰਹੇ ਹੋ? ਸੁਪਰ ਸਪੈਸ਼ਲਿਸਟ ਜਾਣਾ ਪ੍ਰੈਫਰ ਕਰਦੇ ਨੇ ਕਿ ਸਾਡੇ ਕੋਲ ਇੱਥੇ ਮੈਕਸ ਵੀ ਹੈਗਾ, ਬਾਕੀ ਵੱਡੇ ਵੱਡੇ ਪ੍ਰਾਈਵੇਟ ਹਸਪੀਟਲਸ ਨੇ ਵੀ ਉੱਥੇ ਪ੍ਰੈਫਰ ਕਰੇ ਬੰਦਾ ਜਾਣਾ। ਉਹ ਕਿਉਂ ਸਰਵਿਸ ਹੈਗਾ ਕਿ ਸੈਲਰੀ ਕ੍ਰਾਈਟੀਰੀਆ ਮੈਚ ਕਰੇਗਾ ਤਾਂ ਹੀ। ਹਾਂ, ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈ ਜੀ ਇਹ। ਉਹਦਾ ਮੁੱਖ ਕਾਰਨ ਉਹਦੇ 2 ਹੈ। ਇੱਕ ਤਾਂ ਹੈਗਾ ਕਿ ਉਹਦੀ ਸੈਲਰੀ ਘੱਟ ਹੈ, ਕੋਈ ਕੰਪੈਰੀਜ਼ਨ ਨਹੀਂ ਹੈ, ਮਤਲਬ ਪ੍ਰਾਈਵੇਟ ਤੇ ਬਹੁਤ ਜ਼ਿਆਦਾ, 3 ਕੋਈ ਕੰਪੈਰੀਜ਼ਨ ਨਹੀਂ ਹੈਗੀ। ਠੀਕ ਹੈ, ਜਿਵੇਂ ਸਪੈਸ਼ਲਿਸਟ ਦਾ ਗੈਪ ਹੋਰ ਵੱਧ ਗਿਆ, ਸੁਪਰ ਸਪੈਸ਼ਲਿਸਟ ਦਾ ਉਸ ਤੋਂ ਵੀ ਵੱਧ ਗਿਆ। ਉਹਦੇ 'ਚ ਅਸੀਂ ਇਹਦੇ ਵਾਸਤੇ ਵੀ ਕਾਫੀ ਸੋਚਿਆ, ਇਹਦੇ ਬਾਰੇ ਵਿਚਾਰ ਕੀਤਾ ਸੀ, 2-3 ਸਟੈਪਸ ਅਸੀਂ ਉਹਦੇ ਵਾਸਤੇ ਵੀ ਲੈ ਰਹੇ ਹਾਂ ਜੀ। ਇੱਕ ਤਾਂ ਅਸੀਂ ਇਹ ਕੀਤਾ ਕਿ ਸਾਡੇ ਕੋਲ ਜਿਹੜਾ ਸਪੈਸ਼ਲਿਸਟ ਨਹੀਂ ਹੈ ਉੱਥੋਂ ਅਸੀਂ ਪ੍ਰਾਈਵੇਟ ਡਾਕਟਰ ਨੂੰ ਵੀ ਅਸੀਂ ਕਿਹਾ, ਜਿਸ ਤਰ੍ਹਾਂ ਅਸੀਂ ਆਮ ਆਦਮੀ ਕਲੀਨਿਕ 'ਚ ਲਾਇਆ, ਇੰਪੈਰਲਮੈਂਟ ਬੋਰਡ 'ਤੇ ਲੈ ਲਓ, ਉਹਦੇ 'ਚ ਅਸੀਂ ਇੰਪੈਰਲਮੈਂਟ ਬੋਰਡ 'ਤੇ ਲੈ ਕੇ ਉਹਨਾਂ ਨੂੰ ਸਾਡੇ ਕੋਲ 4 ਘੰਟੇ OPD ਕਰਨਗੇ। ਠੀਕ ਹੈ ਜੀ, ਉਹਨਾਂ ਨੂੰ ਜਿਹੜਾ ਹੈਗਾ ਅਸੀਂ ਉਹਦੀ ਪੇ ਕਰਾਂਗੇ ਪਰ ਪੇਸ਼ੈਂਟ, ਔਰ ਜਦੋਂ ਕੋਈ ਐਮਰਜੈਂਸੀ 'ਚ ਆ ਕੇ ਕੋਈ ਸਜੇਰੀਅਨ ਕਰਨਗੇ ਜਾਂ ਕੋਈ ਓਪਰੇਸ਼ਨ ਕਰਨਗੇ ਰਾਤ ਨੂੰ, ਐਮਰਜੈਂਸੀ ਅਟੈਂਡ ਕਰਨਗੇ, ਉਹਦੇ ਉਹਨਾਂ ਨੂੰ ਵੱਧ ਪੈਸੇ ਮਿਲਣਗੇ ਜੀ। ਠੀਕ ਹੈ, ਜਿਹੜੇ ਏ ਕਲਾਸ ਸਿਟੀਜ਼ ਹੈ ਜਿਵੇਂ ਪਟਿਆਲੇ 'ਚ ਲੋਕ ਜਾਣਾ ਚਾਹੁੰਦੇ ਆ, ਜਿਹੜੇ ਲੁਧਿਆਣਾ ਹੈ ਉੱਥੇ ਘੱਟ ਮਿਲਣਗੇ, ਜਿਹੜੇ ਬੀ ਕਲਾਸ ਹੈ ਵੀ ਤੁਸੀਂ ਰਾਏਕੋਟ ਚਲੇ ਗਏ ਜਾਂ ਸੁਧਾਰ ਚਲੇ ਗਏ ਜਾਂ ਪਟਿਆਲੇ 'ਚ ਤੁਸੀਂ ਸਮਾਣੇ ਚਲੇ ਗਏ ਜੀ, ਤੇ ਜਿਹੜੇ ਸੀ ਕਲਾਸ ਹੈ ਜਿਵੇਂ ਪਟਿਆਲੇ 'ਚ ਸ਼ੁਤਰਾਣਾ ਪਾਤਰਾਂਗ ਜਿੱਥੇ ਕੋਈ ਜਾਂਦਾ ਨਹੀਂ, ਜਾਂ ਬਾਰਡਰ 'ਤੇ ਹੈਗਾ ਕੋਈ ਰੋਡ ਜੈਮਲ ਸਿੰਘ ਹੈ ਜਾਂ ਕੋਈ ਤੁਹਾਡੇ ਕਲਾ ਨੌਰ ਹੈ ਜਿੱਥੇ ਕੋਈ ਨਹੀਂ ਜਾਂਦਾ, ਉਹ ਸੀ ਕਲਾਸ ਹੋ ਗਏ, ਉੱਥੇ ਅਸੀਂ ਉਹਨਾਂ ਦਾ ਇਨਸੈਂਟਿਵ ਵਧਾ ਦਾਂਗੇ। ਠੀਕ ਹੈ, ਇਹ ਕੀਤਾ। ਇੱਕ ਅਸੀਂ ਇਹ ਕਿਹਾ ਵੀ ਜਿਹੜੇ ਡਾਕਟਰ ਰਿਟਾਇਰ ਹੋ ਗਏ 58 'ਤੇ, ਉਹਦੀਆਂ ਵੀ ਗਾਈਡਲਾਈਨ ਬਣ ਰਹੀਆਂ, ਤੇ ਉਹਦੇ 'ਚ ਜਿਹੜੇ 58 'ਤੇ ਰਿਟਾਇਰ ਹੋ ਗਏ ਬਟ ਉਹਨਾਂ ਨੂੰ ਕੰਮ ਆਉਂਦਾ, ਉਹ ਮਤਲਬ 58 'ਤੇ ਬੰਦਾ ਆਪਣਾ ਹਸਪਤਾਲ ਸ਼ੁਰੂ ਕਰਨ ਲਈ ਰਿਲੈਕਟੈਂਟ ਹੈਗੀ, ਉਹਨਾਂ ਨੂੰ ਅਸੀਂ ਜਿਹੜੇ ਨੀਡ ਬੇਸਡ ਜਿੱਥੇ ਸਾਨੂੰ ਲੋੜ ਹੋਏਗੀ ਜੇ ਬੰਦਾ ਉੱਥੇ ਜਾਣ ਲਈ ਤਿਆਰ ਹੈ ਤਾਂ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹ 65 ਸਾਲ ਤੱਕ 7 ਸਾਲ ਸਾਨੂੰ ਹੋਰ ਮਿਲ ਜਾਣਗੇ। ਠੀਕ ਹੈ, ਇਹਦੇ ਨਾਲ ਅਸੀਂ ਕਿਹਾ ਵੀ ਜਿਹੜੇ ਸਰਕਾਰੀ ਡਾਕਟਰ ਹੈ ਉਹਨਾਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਬੰਦਾ ਡਾਕਟਰ ਇੱਕ ਬੈਂਚ ਮਾਰਕ ਸੈੱਟ ਕਰ ਰਹੇ ਹਾਂ ਅਸੀਂ ਵੀ, ਲੇਟੈਸਟ ਇੱਕ ਲੇਡੀ ਡਾਕਟਰ ਹੈ ਉਹਨੇ 20-25-30 ਉਹਨੇ ਡਿਲੀਵਰੀਜ਼ ਕਰਨੀਆਂ। ਜੇ ਕੋਈ ਲੇਡੀ ਡਾਕਟਰ ਮਤਲਬ ਰਾਤ ਨੂੰ ਵੀ ਜਾ ਕੇ ਕਰਦੀ ਹੈ, ਸ਼ਾਮ ਨੂੰ ਵੀ ਕਰਦੀ ਹੈ, ਕਈ ਜਗ੍ਹਾ 'ਤੇ ਸਾਡੇ ਬਹੁਤ ਸਾਰੇ ਜਿਵੇਂ ਸਾਡੇ ਰੋਪੜ ਦਾ ਹੋਸਪਿਟਲ ਹੈ ਜਾਂ ਹੁਸ਼ਿਆਰਪੁਰ ਦਾ, ਉੱਥੇ ਇੱਕੋ ਗਾਇਨੇਕੋਲੋਜਿਸਟ ਹੈ, ਵਿਚਾਰੀ ਰਾਤ ਨੂੰ ਵੀ ਆਪਰੇਸ਼ਨ ਕਰਦੀ ਆ ਕੇ। ਅਸੀਂ ਕਿਹਾ ਵੀ ਜਿਹੜੇ ਉਹਦੇ 'ਚ ਆਯੁਸ਼ਮਾਨ ਭਾਰਤ ਦੇ ਜਾਂ ਜਿਹੜੇ ਤੁਹਾਡੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ, ਜਿਹੜੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਪੇਸ਼ੈਂਟਸ ਆਉਂਦੇ ਆ, ਉਹਨਾਂ ਨੂੰ ਪੈਸੇ ਮਿਲਦੇ ਆ, ਉਹਦੇ 'ਚ ਉਹਨਾਂ ਲੋਕਾਂ ਨੂੰ 25% ਉਹਨਾਂ ਨੂੰ ਦੇ ਦਿਓ, ਸਟਾਫ ਨੂੰ ਦੇ ਦਿਓ, ਡਾਕਟਰਸ ਨੂੰ ਦੇ ਦਿਓ, ਸਟਾਫ ਨਰਸਸ ਨੂੰ ਦੇ ਦਿਓ, ਜਿਹੜੇ ਆਲ ਟਾਈਮ ਤੇ ਕੰਮ ਕਰਦੇ ਆ, ਜਿਹੜੇ ਮਤਲਬ ਐਮਰਜੈਂਸੀ 'ਚ ਕੰਮ ਕਰਦੇ ਆ। ਫਿਰ ਜਿਹੜਾ ਕੋਈ OPD 'ਚ ਕੰਮ ਕਰਦਾ ਉਹ ਸਵੇਰੇ ਆਇਆ ਤੇ ਦੁਪਹਿਰੇ ਘਰ ਚਲਾ ਗਿਆ, ਉਹ ਫ੍ਰੀ ਹੈ। ਜਿਹੜੇ ਐਕਸਟਰਾ ਕੰਮ ਕਰਦੇ ਆ ਉਹਨਾਂ ਨੂੰ ਇਨ ਸਰਵਿਸ ਕੈਂਡੀਡੇਟਸ ਨੂੰ ਵੀ ਅਸੀਂ ਇਨਸੈਂਟੀਵਾਈਜ਼ ਕਰਾਂਗੇ। ਡਾਕਟਰ ਸਾਹਿਬ ਜਲਦੀ ਇੱਕ ਸਵਾਲ ਲੈਂਦੇ, ਸਮਾਂ ਸਾਡੇ ਕੋਲ ਘੱਟ ਹੀ ਹੈ, ਤੇ ਆਯੁਸ਼ਮਾਨ ਦਾ ਤੁਸੀਂ ਜ਼ਿਕਰ ਕੀਤਾ ਜੀ, PGI 'ਚ ਆਯੁਸ਼ਮਾਨ ਦਾ ਇੱਕ ਵਾਰ ਰੋਕਤਾ ਗਿਆ ਸੀ ਕਿਉਂਕਿ ਬਿੱਲ ਕਲੀਅਰ ਨਹੀਂ ਹੋਏ, ਔਰ
ਅਲਟੀਮੇਟਲੀ ਤਾਂ ਉਹ ਜਿਹੜਾ ਪ੍ਰੋਬਲਮ ਹੈ ਮਰੀਜ਼ਾਂ ਨੂੰ ਫੇਸ ਕਰਨੀ ਪੈਂਦੀ ਹੈ, ਉਹਦੇ ਲਈ ਤੁਸੀਂ ਕੀ ਸਿਸਟਮ ਫੁੱਲ ਪਰੂਫ ਕੀਤਾ ਕਿ ਮਰੀਜ਼ਾਂ ਨੂੰ ਨਾ ਵਾਪਸ ਉੱਥੋਂ ਕਾਊਂਟਰ ਤੋਂ ਜਾਣਾ ਪਏ? ਕਈ ਖਬਰਾਂ ਸੁਰਖੀਆਂ ਤਾਂ ਹੀ ਬਣਦੀਆਂ ਨੇ ਕਿ ਬਿੱਲ ਕਲੀਅਰ ਨਹੀਂ ਹੋਏ ਜੀ, ਨਹੀਂ ਟ੍ਰੀਟਮੈਂਟ ਹੋ ਸਕਦਾ। ਇਹ ਨਾ ਲੈਗੇਸੀ ਇਸ਼ੂ ਸੀਗਾ ਜੀ, ਜਦੋਂ ਕੈਪਟਨ ਸਾਹਿਬ ਦੀ ਗਵਰਨਮੈਂਟ ਚੇਂਜ ਹੋ ਕੇ ਚੰਨੀ ਸਾਹਿਬ ਦੀ ਗਵਰਨਮੈਂਟ ਆਈ ਆ, ਜਿਹੜੀ ਇਹ ਇੰਸ਼ੋਰੈਂਸ ਮੋਡ 'ਤੇ ਸਕੀਮ ਚੱਲਦੀ ਸੀ, ਜਿਹੜਾ ਸਰਵਿਸ ਪ੍ਰੋਵਾਈਡਰ ਸੀਗਾ ਉਹਨਾਂ ਨੇ ਉਹਨਾਂ ਨੂੰ ਆਲ ਆਫ ਏ ਸਡਨ ਫਾਇਰ ਕਰਤਾ ਉਹਨਾਂ ਨੇ ਉਹਨੂੰ, ਉਹਦੇ 'ਚ ਨੁਕਸਾਨ ਗਵਰਨਮੈਂਟ ਨੂੰ ਹੋਇਆ, ਲੋਕਾਂ ਨੂੰ ਹੋਇਆ, ਉਹਨੂੰ ਫਾਇਦਾ ਹੋ ਗਿਆ, ਉਹਨੂੰ ਸ਼ਾਇਦ ਉਹਨੂੰ ਬੈਨੀਫਿਟ ਦੇਣ ਲਈ ਉਹਨਾਂ ਨੇ ਕਰਤਾ, ਉਹਨੂੰ ਕੱਢਤਾ ਉਹਨਾਂ ਨੇ ਉਹਨੂੰ, ਮਤਲਬ ਜੀ ਉਹ ਤਾਂ ਬਰੀ ਹੋ ਗਿਆ ਵਿਚਾਰਾ, ਉਹਨੇ ਕਰੋੜਾਂ ਰੁਪਏ ਦੇਣੇ ਸੀ ਲੋਕਾਂ ਦੇ। ਅਤੇ ਉਸ ਤੋਂ ਬਾਅਦ ਜਦੋਂ ਮਾਨ ਗਵਰਨਮੈਂਟ ਆਈ ਹੈ ਅਤੇ ਅਸੀਂ ਉਹਨਾਂ ਨੂੰ ਟਰੱਸਟ ਮੋਡ ਦੇ ਉੱਤੇ, ਹੁਣ ਅਸੀਂ ਸਾਰੀ ਪੇਮੈਂਟ ਕਰ ਚੁੱਕੇ ਹਾਂ, ਹੁਣ ਨਹੀਂ ਤੁਹਾਨੂੰ ਦਿੱਕਤ ਆ ਰਹੀ, ਹੁਣ ਅਸੀਂ ਰੈਗੂਲਰਲੀ ਪੇਮੈਂਟ ਕਰਦੇ ਹਾਂ, ਸਾਡੀ ਤਕਰੀਬਨ 1-1.5 ਮਹੀਨੇ ਦੀ ਜਿਹੜੀ ਪੇਮੈਂਟ ਆ ਉਹ ਪੈਂਡਿੰਗ ਆ, ਜ਼ਿਆਦਾ ਪੈਂਡਿੰਗ ਨਹੀਂ ਆ, ਉਹ ਅਸੀਂ ਪੈਂਡੈਂਸੀ ਕਲੀਅਰ ਕੀਤੀ ਆ ਅਸੀਂ। ਇਸ ਦੇ ਬਾਵਜੂਦ ਕਿ ਸਾਡੇ ਆਯੂਸ਼ਮਾਨ ਭਾਰਤ ਦੇ ਸਰਕਾਰ ਨੇ ਪਿਛਲੇ ਸਾਲ ਸਾਨੂੰ ਕੋਈ ਪੈਸਾ ਨਹੀਂ ਦਿੱਤਾ, ਸਾਨੂੰ ਸਾਰੇ ਪੈਸੇ ਮਾਨ ਗਵਰਨਮੈਂਟ ਨੇ ਦਿੱਤੇ ਆ, ਇਟਸ ਵੈਰੀ ਇੰਪੋਰਟੈਂਟ। ਉਹਨਾਂ ਨੇ, ਅਸੀਂ 100 ਕਲੀਨਿਕ ਬਣਾਇਆ ਸੀ, ਉਹਨਾਂ ਨੇ ਸਾਡੇ ਫੰਡ ਬੰਦ ਕਰਤੇ, ਉਹਨਾਂ ਨੇ ਸੋਚਿਆ ਵੀ ਹੁਣ ਕਿੱਥੋਂ ਬਣਾਉਣਗੇ ਇਹ। ਮੈਂ ਮਾਨ ਗਵਰਨਮੈਂਟ ਦੇ ਮਾਨ ਸਾਹਿਬ ਦੇ ਸ਼ਾਬਾ ਸੀ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਪੈਸੇ ਦੀ ਪਰਵਾਹ ਨਹੀਂ ਕਰਨੀ, ਪੈਸੇ ਮੈਂ ਦੇਊਂਗਾ, ਤੁਸੀਂ ਕੰਮ ਕਰੀ ਚੱਲੋ। ਉਹਨਾਂ ਨੇ ਮਤਲਬ ਉਹਦਾ ਜਵਾਬ ਆਪਣਾ ਕੰਮ ਕਰਕੇ ਦਿੱਤਾ। ਚਲੋ ਤੁਸੀਂ ਜ਼ਿਕਰ ਕਰ ਹੀ ਲਿਆ ਸੈਂਟਰ ਗਵਰਨਮੈਂਟ ਦਾ, ਪਿਛਲੇ ਦਿਨੀ ਕਾਫੀ ਕੰਟਰੋਵਰਸੀਜ਼ ਹੋਈਆਂ ਨੇ ਕੁਝ ਕੇਂਦਰੀ ਸਕੀਮਾਂ ਨੂੰ ਲੈ ਕੇ। ਔਨ ਰਿਕਾਰਡ ਲੋਕ ਸਭਾ ਦੇ ਵਿੱਚ ਜਿਹੜੇ ਯੂਨੀਅਨ ਮਿਨਿਸਟਰ ਨੇ, ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਤੁਸੀਂ ਕੇਂਦਰ ਦੀ ਸਕੀਮਾਂ ਦਾ ਪੈਸਾ ਆਪਣੇ ਪ੍ਰਚਾਰ ਤੇ ਲਾ ਰਹੇ ਹੋ, ਜਾਂ ਤੁਸੀਂ ਉਹਨਾਂ ਨੂੰ ਮੋਡੀਫਾਈ ਕਰ ਰਹੇ ਹੋ ਜੋ ਉਹਨਾਂ ਦੇ ਸੈਂਟਰ ਸੀਗੇ, NHM ਦੀ ਗੱਲ, NHM ਦੀ ਗੱਲ। ਇਦੋਂ ਵੱਡਾ ਕੋਈ ਝੂਠ ਹੋ ਸਕਦਾ ਜੀ? ਜੀ, ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਸਾਨੂੰ 2023 ਦੇ ਵਿੱਚ 1 ਰੁਪਈਆ ਨਹੀਂ ਦਿੱਤਾ, 1 ਰੁਪਈਆ ਨਹੀਂ ਦਿੱਤਾ, ਸਾਰੇ ਪੈਸੇ ਮਾਨ ਸਰਕਾਰ ਨੇ ਦਿੱਤੇ ਆ, ਮਾਨ ਸਾਹਿਬ ਨੇ ਦਿੱਤੇ ਆ ਮੈਨੂੰ। ਉਹਨਾਂ ਨੇ ਕਿਹਾ ਅਸੀਂ ਰੋਕੇ ਇਸ ਕਰਕੇ। ਨਹੀਂ ਨਹੀਂ, ਮੇਰੀ ਗੱਲ ਸੁਣੋ, ਉਹਨਾਂ ਨੇ ਰੋਕੇ, ਉਹ ਤੁਸੀਂ ਦੇਖੋ ਉਹਨਾਂ ਨੂੰ ਦਿੱਲੀ ਦੀ ਆਦਤ ਪਈ ਹੋਏਗੀ ਸ਼ਾਇਦ, ਤੁਸੀਂ ਪੈਸੇ ਤਾਂ ਰੋਕ ਸਕਦੇ ਹੋ, ਤੁਸੀਂ ਮਾਨ ਸਾਹਿਬ ਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦੇ। ਉਹਨਾਂ ਨੇ ਨੌਕਰੀਆਂ ਵੀ ਦਿੱਤੀਆਂ, ਸਪੈਸ਼ਲਿਸਟ ਵੀ ਰੱਖੇ ਆ, ਮੁਹੱਲਾ ਕਲੀਨਿਕ ਵੀ ਬਣਾਏ ਆ, ਸੈਕੰਡਰੀ ਕੇਅਰ ਦੇ ਹਸਪਤਾਲ ਵੀ ਅਪਗ੍ਰੇਡ ਕਰ ਰਹੇ ਆ, ਮੈਡੀਕਲ ਕਾਲਜਸ ਨੂੰ ਵੀ ਅਪਗ੍ਰੇਡ ਕਰ ਰਹੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਸੈਂਟਰ ਨੂੰ ਆਪਣਾ ਜਿਹੜਾ ਹੈਗਾ ਨਾ ਵਿਚਾਰ ਆ, ਉਹਨਾਂ ਨੂੰ ਰੀਕਨਸਿਡਰ ਕਰਨਾ ਚਾਹੀਦਾ। ਇਹ ਪੈਸੇ ਲੋਕਾਂ ਦੇ ਪੈਸੇ ਆ, ਪੈਸੇ ਨਹੀਂ ਰੋਕਣੇ ਚਾਹੀਦੇ ਉਹਨਾਂ ਨੂੰ। ਜੇ 60% ਉਹਨਾਂ ਦੇ ਆ, 40% ਸਾਡੇ ਵੀ ਆ, ਜ਼ਮੀਨ ਪੰਜਾਬ ਦੀ ਆ। ਜੇ ਦੇਖਿਆ ਜਾਵੇ ਤਾਂ ਪੰਜਾਬ ਵੱਧ ਸਪੈਂਡ ਕਰਦਾ, ਸਟੇਟ ਗਵਰਨਮੈਂਟ, ਮਤਲਬ ਇਹ ਕੋਆਪਰੇਟਿਵ ਫੈਡਰਲਿਜ਼ਮ ਦੀ ਸਪਿਰਿਟ ਨਹੀਂ ਆ। ਸੋ ਕਿਤੇ ਨਾ ਕਿਤੇ ਸੈਂਟਰ ਗਵਰਨਮੈਂਟ ਨੂੰ ਵੀ ਇੰਟਰੋਸਪੈਕਸ਼ਨ ਦੀ ਲੋੜ ਹੈ, ਫੰਡ ਰਿਲੀਜ਼ ਕਰ ਦੇਣੇ ਚਾਹੀਦੇ, ਫੰਡ ਨਹੀਂ ਰਿਲੀਜ਼ ਕਰ ਦੇਣੇ ਚਾਹੀਦੇ, ਸਾਡੇ ਨਾਲ ਸਾਨੂੰ ਬੁਲਾਉਣ, ਸਾਡੇ ਨਾਲ ਗੱਲ ਕਰਨ, ਕਿਉਂਕਿ ਔਨ ਰਿਕਾਰਡ ਕਹਿ ਰਹੇ ਨੇ ਖੜੇ ਹੋ ਕੇ, ਸਾਡੇ ਨੂੰ ਬੁਲਾ ਕੇ ਸਾਡੇ ਨਾਲ ਗੱਲ ਕਰਨ ਜੀ, ਉਹ ਮਤਲਬ ਗੱਲ ਕਰਨ, ਉਹ ਡਾਇਲੋਗ ਇਜ਼ ਅ ਬੈਟਰ ਵੇ। ਤੇ ਲੇਕਿਨ ਮਾਨ ਸਾਹਿਬ ਦੇ ਸ਼ਾਬਾ ਸੀ ਜੀ, ਉਹਨਾਂ ਨੇ ਕਿਹਾ ਵੀ ਕੰਮ ਨਹੀਂ ਰੁਕਣ ਦੇਣਾ, ਆਪਾਂ ਕੰਮ ਰੁਕਣ ਨਹੀਂ ਦਿੱਤਾ, ਉਹਨਾਂ ਨੇ ਕੰਮ ਪਹਿਲਾਂ ਨਾਲੋਂ ਤੇਜ਼ ਕੀਤਾ ਉਹਨਾਂ ਨੇ। ਇਹ ਕੰਟਰਡਿਕਸ਼ਨ ਪੈਦਾ ਕਿਉਂ ਹੋਈ? ਕਿਉਂਕਿ ਜਦੋਂ ਉਹਨਾਂ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਕਿ ਤੁਹਾਡੀ ਪਾਰਟੀ ਜਾਂ ਤੁਹਾਡੀ ਸਰਕਾਰ ਜਾਣਬੁੱਝ ਕੇ ਕੰਟਰਡਿਕਸ਼ਨ ਚ ਪੈ। ਦੇਖੋ, ਇਸ ਤੋਂ ਵੱਡਾ ਝੂਠ ਨਹੀਂ ਹੋ ਸਕਦਾ ਜੀ। ਉਹਨਾਂ ਨੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਜੋ ਕੀਤਾ ਸੀ, ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ ਸੀਗਾ ਜੀ, ਜੀ, ਉਹਨਾਂ ਨੇ ਸਾਡਾ ਰੋਕਤਾ। ਉਹਨਾਂ ਨੇ ਕਿਹਾ ਵੀ ਤੁਸੀਂ ਅਸੈਂਬਲੀ ਦੇ ਵਿੱਚ ਆਹ ਵਾਲਾ ਰੈਜ਼ੋਲੂਸ਼ਨ ਪਾਸ ਕਰੋ। ਅਸੀਂ ਉਹ ਮਾਨ ਸਾਹਿਬ ਨੇ ਉਹ ਰੈਜ਼ੋਲੂਸ਼ਨ ਪਾਸ ਕਰਤਾ ਕਿ ਪੈਸਾ ਡਾਇਵਰਟ ਨਹੀਂ ਹੋਏਗਾ ਕਿਸੇ ਹੋਰ, ਪੈਸਾ ਡਿਵਰਟ ਨਹੀਂ ਹੋਏਗਾ। ਅਸੀਂ ਸਾਰੀਆਂ ਗੱਲਾਂ ਮੰਨ ਲਈਆਂ, ਉਹਨਾਂ ਨੇ ਫਿਰ ਨਹੀਂ ਪੈਸੇ ਦਿੱਤੇ। ਇਹ ਤਾਂ ਉਹ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਤੇਰੀ ਰੋਟੀ ਖਾਂਦੇ ਉਹਦੀ ਦਾੜੀ ਹਿੱਲਦੀ ਆ, ਉਹ ਗੱਲ ਹੈ, ਹੋਰ ਕੁਛ ਨਹੀਂ ਆ। ਡਾਕਟਰ ਸਾਹਿਬ, ਲਾਸਟ ਸਵਾਲ ਖਤਮ ਕਰਨ ਤੋਂ ਪਹਿਲਾਂ, 2024 ਨਵਾਂ ਸਾਲ ਹੈ, ਪੰਜਾਬ ਦੀ ਸਿਹਤ ਇੱਕ ਡਾਕਟਰ ਦੇ ਹੱਥ ਨੇ, ਸਿਹਤ ਮਹਿਕਮਾ ਮਾਨ ਸਰਕਾਰ ਦਾ ਤੁਸੀਂ ਗੱਲ ਕਰ ਰਹੇ ਹੋ, ਕੀ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੋਗੇ ਕਿ ਆਉਣ ਵਾਲੇ ਸਾਲ ਸਿਹਤ ਲਈ ਕਿਵੇਂ ਦੇ ਹੋਣਗੇ? ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਜੀ ਕਿ ਮਾਨ ਗਵਰਨਮੈਂਟ ਤੁਹਾਡੀ ਚੰਗੀ ਸਿਹਤ ਲਈ ਦੁਆ ਵੀ ਕਰਦੀ ਆ ਔਰ ਦਵਾ ਵੀ ਕਰਦੀ ਆ, ਠੀਕ ਆ ਜੀ। ਉਹਦੇ ਨਾਲ ਨਾਲ ਤੁਸੀਂ ਜਿਸ ਤਰ੍ਹਾਂ ਅਸੀਂ ਯੋਗਾ ਦੀਆਂ ਕਲਾਸਾਂ ਅਸੀਂ ਸ਼ੁਰੂ ਕੀਤੀਆਂ, ਤੁਸੀਂ ਉਹਦਾ ਫਾਇਦਾ ਉਠਾਓ।
ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਆ, ਉੱਥੇ ਜਾਓ ਤੁਹਾਡੇ ਸਾਰੇ ਟੈਸਟ ਹੋਣਗੇ, ਦਵਾਈ ਹੋਏਗੀ। ਮਤਲਬ ਤੁਸੀਂ ਹੁਣ ਤੁਹਾਡਾ ਕੋਈ ਵਜ੍ਹਾ ਨਹੀਂ ਕਿ ਬਲੱਡ ਪ੍ਰੈਸ਼ਰ ਕਰਕੇ, ਸ਼ੂਗਰ ਕਰਕੇ ਤੁਹਾਡੇ ਗੁਰਦੇ ਫੇਲ ਹੋ ਜਾਣ। ਹਰ 5 ਕਿਲੋਮੀਟਰ ਦੇ ਪਿੰਡਾਂ 'ਚ, ਹਰ 1 ਕਿਲੋਮੀਟਰ 1.5 ਕਿਲੋਮੀਟਰ ਦੇ ਸ਼ਹਿਰਾਂ 'ਚ ਤੁਹਾਨੂੰ ਆਮ ਆਦਮੀ ਕਲੀਨਿਕ ਮਿਲਦਾ। ਜਾ ਕੇ ਆਪਣਾ ਟੈਸਟ ਕਰਾਓ, ਟੇਕ ਕੇਅਰ ਆਪਣੇ। ਜ਼ਰੂਰ ਜਿਵੇਂ ਹੁਣ ਸਰਦੀ ਹੈ, ਸਰਦੀ ਤੋਂ ਥੋੜਾ ਜਿਹਾ ਬਚਾਅ ਰੱਖੋ। ਜਿਹੜੇ ਬਜ਼ੁਰਗ ਹੈ ਉਹ ਦਿਨ ਵੇਲੇ ਸੈਰ ਕਰ ਲਓ, ਸੈਰ ਜ਼ਰੂਰ ਕਰੋ, ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ 1 ਘੰਟਾ ਜ਼ਰੂਰ ਕਰੋ। ਜੇ ਮੈਂ ਥੋੜਾ ਜਿਹਾ ਦੂਜੇ ਸ਼ਬਦਾਂ 'ਚ ਪੁੱਛਾਂ, 2 ਸਾਲ ਹੋ ਗਏ ਨੇ, 3 ਸਾਲ ਰਹਿ ਗਏ ਨੇ, ਇਹ ਅਗਲੇ 3 ਸਾਲਾਂ 'ਚ ਉਮੀਦ ਕਰ ਸਕਦੇ ਹਾਂ ਕਿ ਥੋੜਾ ਪ੍ਰਾਈਵੇਟ ਹਸਪਤਾਲਾਂ ਤੋਂ ਖਿਹੜਾ ਛੁੱਟ ਸਕਦਾ ਲੋਕਾਂ ਨੂੰ? ਦੇਖੋ, ਗਵਰਨਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰ ਨਾ ਜੀ, ਇਹ ਦੋਨੋਂ ਹੀ ਕੰਪਲੀਮੈਂਟਰੀ ਇੱਕ ਵਾਸਤੇ ਜੀ। ਇਹ ਲੋਕਾਂ ਨੇ ਫੈਸਲਾ ਕਰਨਾ। ਅਸੀਂ ਸਾਡਾ ਜਿਹੜਾ ਗਵਰਨਮੈਂਟ ਦਾ ਜੋ ਮਕਸਦ ਹੈ, ਜੋ ਅਸੀਂ ਕਰ ਰਹੇ ਹਾਂ ਕਿ ਅਸੀਂ ਸਿਸਟਮ ਬਹੁਤ ਵਧੀਆ ਹੋਊਗਾ, ਆਟੋਮੈਟਿਕਲੀ ਉਧਰੋਂ ਲੋਕ ਡਾਈਵਰਟ ਹੋਣਗੇ। ਅਸੀਂ ਗਵਰਨਮੈਂਟ ਨੂੰ, ਅਸੀਂ ਜਿਹੜੇ ਗਵਰਨਮੈਂਟ ਹਸਪੀਟਲ ਹੈ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਵਰਗੇ ਜਾਂ ਉਹਨਾਂ ਤੋਂ ਬਿਹਤਰ ਬਣਾਵਾਂਗੇ ਜੀ। ਲੋਕਾਂ ਨੂੰ ਉਹੀ ਸੁਵਿਧਾ ਹੋਏਗੀ, ਉਸ ਤੋਂ ਬਾਅਦ ਅਗਲਾ ਖੁਸ਼ੀ ਨਾਲ ਕੋਈ ਜਾਂਦਾ ਤਾਂ ਜਾਵੇ। ਮਤਲਬ ਜੇ ਕੋਈ ਬੰਦਾ ਮਤਲਬ ਉਹਨੂੰ ਪ੍ਰਾਈਵੇਟ ਰੂਮ ਬਹੁਤ 5-star ਹੋਟਲ ਵਰਗਾ 5-star ਹੋਟਲ ਵਰਗਾ ਹਸਪਤਾਲ ਚਾਹੀਦਾ, ਉਹਨੇ ਲਾਈਨ 'ਚ ਨਹੀਂ ਲੱਗਣਾ, ਉਹਨੇ 5 ਮਿੰਟ ਕਿਸੇ ਦੀ ਪਰਸਨਲ ਇੱਛਾ ਹੋ ਸਕਦੀ ਹੈ, ਬਾਈ ਚੋਇਸ ਚਲਾ ਜਾਵੇ, ਲੇਕਿਨ ਮਜਬੂਰੀ ਕਰਕੇ ਨਾ ਜਾਵੇ, ਮਜਬੂਰੀ 'ਚ ਨਾ ਜਾਣਾ ਪਵੇ। ਐਗਜ਼ੈਕਟਲੀ, ਕੋਈ ਬੰਦਾ ਬਿਮਾਰੀ ਤੇ ਪੈਸਾ ਖਰਚਣ ਕਰਕੇ ਗਰੀਬੀ ਰੇਖਾ ਤੋਂ ਨੀਚੇ ਨਾ ਚਲਾ ਜਾਵੇ, ਕੋਈ ਬੰਦਾ ਹੈਲਪਲੈਸ ਮਹਿਸੂਸ ਨਾ ਕਰੇ ਕਿ ਮੈਂ ਆਪਣੀ ਮਾਂ ਦਾ ਇਲਾਜ ਨਹੀਂ ਕਰਾ ਸਕਦਾ, ਮੈਂ ਆਪਣੇ। ਬਿਲਕੁਲ ਠੀਕ ਹੈ, ਉਹ ਸਰਕਾਰ ਦਾ ਕੰਮ ਹੈ, ਸਰਕਾਰ ਬਖੂਬੀ ਕਰ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ, ਤੁਸੀਂ ਆਪਣੀ ਗੱਲ ਪਹੁੰਚਾਈ, ਆਪਣੀ ਗੱਲ ਰੱਖੀ, ਔਰ ਡਾਕਟਰ ਬਲਬੀਰ ਸਿੰਘ ਨੇ ਸਾਰੀ ਜਿਹੜੀ ਸਾਂਝ ਕੀਤੀ ਹੈ ਸਿਹਤ ਮਹਿਕਮੇ ਨੂੰ ਲੈ ਕੇ, ਸਿਹਤ ਦੇ ਬਾਰੇ, ਤੇ ਉਮੀਦ ਹੈ ਕਿ ਪਸੰਦ ਆਏਗੀ। ਓਵਰ ਟੂ ਯੂ ਰੁਪਿੰਦਰ ਤੇ। ਬਹੁਤ ਬਹੁਤ ਧੰਨਵਾਦ। ਸਿਹਤ ਮਹਿਕਮੇ ਚ ਰੈਵੋਲੂਸ਼ਨਰੀ ਪਹਿਲ ਕਦਮੀਆਂ ਦਾ ਦਾਵਾ ਕਰਦੇ ਸਿਹਤ ਮੰਤਰੀ ਬਲਬੀਰ ਸਿੰਘ ਨਿਊਜ਼ 18 ਦੇ ਮੰਚ ਤੇ ਜੁੜੇ। Now I will request my colleagues Umesh Sharma and Vijay Pal Barar to felicitate our honorable health minister. ਤਾਂ ਬਿਲਕੁਲ, ਸਿਹਤ ਮਹਿਕਮੇ ਦੀ ਜ਼ਿੰਮੇਵਾਰੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਤੰਦਰੁਸਤ ਕਿਵੇਂ ਰੱਖਣਾ। ਕਿਤੇ ਹਲਕੀ ਜਿਹੀ ਵੀ ਲਾਪਰਵਾਹੀ ਜਿਹੜੀ ਹੈ ਉਹ ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਕਰਕੇ ਲੋਕਾਂ ਨੇ ਕਈ ਤਜਰਬੇ ਵੀ ਕੀਤੇ, ਪਰ ਹੁਣ ਜ਼ਿੰਮੇਵਾਰੀ ਜਦੋਂ ਡਾਕਟਰ ਬਲਬੀਰ ਸਿੰਘ ਹੋਰਾਂ ਤੇ ਪਈ ਹੈ ਤੇ ਇਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਕਿਵੇਂ ਲੋਕਾਂ ਨੂੰ ਤੰਦਰੁਸਤ ਰੱਖਣਾ। ਹਾਲਾਂਕਿ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਨੇ, ਪਰ ਵੱਡਾ ਦਾਅਵਾ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਹਤ ਵਧੀਆ ਹੋਵੇਗੀ, ਪੰਜਾਬ ਦੇ ਲੋਕ ਤੰਦਰੁਸਤ ਹੋਣਗੇ। ਤਾਂ ਆਸ ਕਰਦੇ ਹਾਂ ਕਿ ਡਾਕਟਰ ਬਲਬੀਰ ਸਿੰਘ ਹੋਣੀ ਆਪਣੀ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਿਭਾਉਣ, ਲੋਕਾਂ ਨੂੰ ਚੰਗਾ ਇਲਾਜ ਵੀ ਮਿਲੇ, ਚੰਗੀ ਸਿਹਤ ਵੀ ਮਿਲੇ। ਪਰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਅੱਜ ਕੱਲ੍ਹ ਸਿਹਤ ਮਹਿਕਮੇ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਨਿੱਜੀ ਹਸਪਤਾਲ ਆ ਜਾਂਦੇ ਨੇ ਤਾਂ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਨੇ, ਪਰ ਆਸ ਕਰਦੇ ਹਾਂ ਕਿ ਸਾਰੀ ਜ਼ਿੰਮੇਵਾਰੀ ਭਲੀ ਭਾਂਤ ਨਿਭਾਉਣਗੇ। ਮੂਵਿੰਗ ਔਨ ਟੂ ਦ